ਵਾਹ ਗੁਰੂ ਸਾਹਿਬ ਜੀ ਜੀ ਵਾਈ ਕੱਟ ਕਰਦੇ ਆਵਰ ਆਖੋ ਦਾਸ ਪਾਠ ਕੀ ਲਾਜ ਜੈਸੀ ਰੱਖੀ ਭਗਤ ਪ੍ਰਹਿਲਾਦ ਕੀ కరణాకస్ ఫారే కర్ ఆజ్ ఫోన ద్రౌపతీ लाज रखी ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਪਦਾ ਤੇ ਰੱਖਿਆ ਗਨ ਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਗੁਰ ਸੋ ਪਰਸਨ ਕਾਲਯੁਗ ਹੋਏ ਰਾਖੋ ਦਾਸ ਬਾਟ ਕੀ ਲਾਜ ਸੇਰੀ ਸਤਗੁਰ ਸੋ ਪਰਸਨ ਕਾਲ ਯੁਗ ਹੋਏ ਰਾਖੋ ਦਾਸ ਭਾਟ ਕੀ ਲਾਜ ਸੁਕਾਉ ਹੋਟਲ ਗੁਰ ਸੇਵੀ ਐਨ ਸਹਜ ਸੁਭਾਅ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਹੋ ਜਾਈ ਹੋਐ ਸਿਫਤੁ ਖਸਮ ਨੂਰੇ ਅਰਸੋਂ ਕੁਰਸੋਂ ਛਟੀ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਮੰਦੀ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਮੰਦੀ ਕੱਟੀ ਐ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਰਾਗ ਗੋਂਡ ਬਾਣੀ ਨਾਮ ਦੇਉ ਜੀਓ ਕੀ ਘਰ ਦੁਜਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਕਰਤ ਮਿਟਾ ਸਭ ਪਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਤ ਕੁੱਲ ਹਰੀ ਸੋ ਹਰ ਅੰਦਲੇ ਕੀ ਲਕਰੀ ਹਰ ਹਰ ਕਰਤ ਮਿਟੈ ਸਭ ਭਰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨੂੰ ਬਾਜੀ ਗੁਰੂ ਕੀ ਸੰਗਤ ਸਤਿਗੁਰੂ ਮਹਾਨ ਕਿਰਪਾ ਕਰਕੇ ਸਤਸੰਗਤ ਦਾ ਇਹ ਸੁਭਾਗਾ ਸਮਾ ਅੰਮ੍ਰਿਤ ਵੇਲੇ ਬਖਸ਼ਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਾਂ ਦੀ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਸਰਵਨ ਕਰਨ ਵਾਸਤੇ ਆਪਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਬਾਬਾ ਨਾਨਕ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਰਵਨ ਕਰਕੇ ਨਿਹਾਲ ਹੋਈਏ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਗੋਂਡ ਬਾਣੀ ਨਾਮ ਦਿਓ ਜੀ ਕੀ ਘਰ ਦੁਜਾ ਰਾਗ ਗੋਂਡ ਦੇ ਅੰਦਰ ਸਾਹਿਬ ਕਬੀਰ ਜੀ ਆ ਸਾਹਿਬ ਨਾਮਦੇਵ ਜੀ ਆ ਦਾ ਇਹ ਸ਼ਬਦ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ ਇਸ ਤੋਂ ਪਹਿਲਾਂ ਆਪਾਂ ਭਗਤਾਂ ਦੀ ਬਾਣੀ ਸਰਵਨ ਕਰਦਿਆ ਹੋਇਆ ਚਾਰ ਸ਼ਬਦ ਨਾਮਦੇਵ ਜੀ ਆ ਦੇ ਸਰਵਨ ਕੀਤੇ ਇੱਥੇ ਰਾਗ ਗੌਂਡ ਦੇ ਅੰਦਰ ਇਹ ਭਗਤ ਨਾਮਜੀਵ ਜੀ ਦਾ ਇਹ ਸ਼ਬਦ ਹੈ ਦੂਜੇ ਘਰ ਦੇ ਅੰਦਰ ਇਹ ਪੰਜਵਾਂ ਸ਼ਬਦ ਨਾਮਦੇਵ ਜੀ ਦਾ ਇਸ ਰਾਗ ਦੇ ਅੰਦਰ ਪ੍ਰਾਪਤ ਹੋ ਰਿਹਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਓ ਓੰਕਾਰ ਪ੍ਰਮਾਤਮਾ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਇੱਕ ਹੈ ਉਹਦੇ ਨਾਮ ਕਈ ਨੇ ਪਰ ਉਹ ਕਈ ਨਾਮਾਂ ਵਾਲਾ ਹੈ ਇੱਕੋ ਹੀ ਹੈ ਇੱਕ ਓੰਕਾਰ ਓੰਕਾਰ ਉਸਦੇ ਕਈ ਨਾਮਾਂ ਵਿੱਚੋਂ ਇੱਕ ਨਾਮ ਹੈ ਜਾਂ ਕਹ ਲਈਏ ਸਭ ਤੋਂ ਉੱਤਮ ਸ੍ਰੇਸ਼ਟ ਨਾਮ ਉਸ ਦਾ ਓੰਕਾਰ ਹੈ ਸੋ ਐਸੇ ਨਾਮ ਵਾਲਾ ਜੋ ਪਰਮੇਸ਼ਰ ਹੈ ਉਹ ਅਗਨਿਤ ਦਾ ਏਕਾ ਲਾ ਕੇ ਮਹਾਰਾਜ ਅੱਖ ਲੱਗੇ ਵੀ ਇੱਕ ਹੈ ऐसे एक परमात्मा दी प्राप्ति सतगुरु प्रसाद गुरु कृपा ਨਾਲ गुरु बख्शीश ਨਾਲ ਹੁੰਦੀ ਹੈ ਹਰ ਹਰ ਕਰਤ ਮਿਟਾ ਸਭ ਪਰਮ ਭਗਤ ਨਾਮਦੇਵ ਜੀ ਨੂੰ ਆ ਕੇ ਸੇਵਕਾਂ ਨੇ ਪੁੱਛਿਆ ਕਹਿਣ ਲੱਗੇ ਭਗਤ ਨਾਮਦੇਵ ਜੀ ਨਾਮ ਜਪਣ ਦੇ ਨਾਲ ਕਿਸ ਕਿਸ ਫਲ ਦੀ ਪ੍ਰਾਪਤੀ ਹੁੰਦੀ ਹੈ ਜੇ ਨਾਮ ਜਪਾਂਗੇ ਤੇ ਸਾਨੂੰ ਕੀ ਫਲ ਮਿਲੇਗਾ ਇਹ ਸਾਡਾ ਵੀ ਸਵਾਲ ਹੈ ਕਿ ਜੇ ਅਸੀਂ ਬਾਣੀ ਪੜਾਂਗੇ ਅਸੀਂ ਨਾਮ ਜਪਾਂਗੇ ਤੇ ਸਾਨੂੰ ਇਸ ਦਾ ਫਲ ਕੀ ਮਿਲੇਗਾ ਨਾਮਦੇਵ ਜੀ ਨੂੰ ਪੁੱਛਿਆ ਕਿ ਉਸ ਦੇ ਪਿਆਰਿਆਂ ਸੇਵਕਾਂ ਨੇ ਕਹਿਣ ਲੱਗੇ ਨਾਮਦੇਵ ਜੀ ਤੁਸੀਂ ਬੜਾ ਵੱਡਾ ਗਿਆਨ ਰੱਖਦੇ ਹੋ ਬੜੀ ਬੰਦਗੀ ਕਰਨ ਵਾਲੇ ਹੋ ਸਿਮਰਨ ਭਜਨ ਕਰਨ ਵਾਲੇ ਹੋ ਜੇ ਅਸੀਂ ਵੀ ਸਿਮਰਨ ਕਰੀਏ ਬਾਣੀ ਪੜੀਏ ਨਾਮ ਜਪੀਏ ਤੇ ਫਲ ਕੀ ਮਿਲੇਗਾ ਸੋ ਨਾਮਦੇਵ ਜੀ ਇਹ ਬਚਨ ਸੁਣ ਕੇ ਸੇਵਕਾਂ ਦਾ ਤੇ ਉਸ ਵੇਲੇ ਬਚਨ ਕਰਦੇ ਹਨ ਹਰ ਹਰ ਕਰਤ ਮਿਟੇ ਸਭ ਪਰਮਾ ਨਾਮਦੇਵ ਜੀ ਕਹਿਣ ਲੱਗੇ ਭਾਈ ਰੱਬ ਦਾ ਨਾਮ ਲੈਣਾ ਬੜਾ ਉੱਤਮ ਹੈ ਬੜਾ ਸ੍ਰੇਸ਼ਟ ਬੜਾ ਚੰਗਾ ਹੈ ਕਿਵੇਂ ਚੰਗਾ ਹੈ ਜੇ ਤੁਸੀਂ ਰੱਬ ਦਾ ਨਾਮ ਲਵੋਗੇ ਹਰ ਹਰ ਨਾਮ ਦਾ ਉਚਾਰਨ ਕਰੋਗੇ ਮਿਟੇ ਸਭ ਪਰਮਾ ਤੁਹਾਡੇ ਸਾਰੇ ਪਰਮ ਮਿਟ ਜਾਣਗੇ ਪਰਮ ਨਹੀਂ ਕਿਸੇ ਤਰ੍ਹਾਂ ਦਾ ਰਹੇਗਾ ਸੋ ਮਹਾਰਾਜਿਆਂ ਦਾ ਬਚਨ ਧਰਮ ਹੈ ਬੜੀ ਵੱਡੀ ਇੱਕ ਵਸਤੂ ਹੈ ਬੜੀ ਵੱਡੀ ਇੱਕ ਤਾਕਤ ਹੈ ਇਸ ਧਰਮ ਦੇ ਵਿੱਚ ਭਰਮੇ ਸੁਰਨਰ ਦੇਵੀ ਦੇਵਾ ਵੱਡੇ ਵੱਡੇ ਦੇਵਤੇ ਆਪਣੇ ਆਪ ਨੂੰ ਅਖਵਾਉਣ ਵਾਲੇ ਉਹ ਦੇਵਤੇ ਵੀ ਇਸ ਧਰਮ ਦੇ ਵਿੱਚ ਭਰਮੇ ਹੋਏ ਏਡਾ ਵੱਡਾ ਏ ਧਰਮ ਹੈ ਔਰ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਜਿਹੜਾ ਨਾਮ ਜਪੇਗਾ ਉਹ ਧਰਮ ਦੇ ਵਿੱਚ ਨਹੀਂ ਪਵੇਗਾ ਭਰਮ ਉਸ ਦਾ ਮੁੱਕ ਜਾਏਗਾ ਹਰ ਹਰ ਕਰਤ ਮਿਟੇ ਸਭ ਪਰਮਾ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਰਾਮ ਰਾਮ ਕਰਦੇ ਆਂ ਸਾਰੇ ਜਿੰਨੇ ਪਰਮ ਹਨੂ ਖਤਮ ਹੋ ਜਾਂਦੇ ਹਨ ਹਰ ਕੋ ਨਾਮ ਲੈ ਉਤਮ ਧਰਮਾ ਗੁਰਮੁਖੋ ਹਰੀ ਦਾ ਨਾਮ ਲੈਣਾ ਇਹੋ ਹੀ ਸਭ ਤੋਂ ਉਤਮ ਧਰਮ ਹੈ ਕਈ ਵਾਰੀ ਅਸੀਂ ਇਹ ਕਹਿ ਦਿੰਦੇ ਮੇਰਾ ਧਰਮ ਵੱਡਾ ਹੈ ਮੇਰਾ ਧਰਮ ਉੱਚਾ ਹੈ ਤੇਰਾ ਧਰਮ ਨੀਵਾ ਹੈ ਇਹ ਤੇ ਸਾਡੀਆਂ ਕੇਵਲ ਐਵੇਂ ਮੂੰਹ ਦੀਆਂ ਗੱਲਾਂ ਨੇ ਜੇ ਕਰਨਾ ਕੁਝ ਨਹੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਪੁੱਛਿਆ ਸੀ ਨਾ ਆ ਕੇ ਕਾਜ਼ੀਆਂ ਤੇ ਪੰਡਤਾਂ ਨੇ ਇਕੱਠੇ ਹੋ ਕੇ ਪੰਡਤ ਕਹਿਣ ਲੱਗੇ ਜੀ ਸਾਡਾ ਧਰਮ ਵੱਡਾ ਤੇ ਕਾਜੀ ਕਹਿਣ ਲੱਗੇ ਸਾਡਾ ਧਰਮ ਵੱਡਾ ਹੈ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਨਹੀਂ ਸ਼ubh ਅਮਲਾ ਬਾਜੋਂ ਦੋਨੋਂ 허ロイ ਜੇ ਤੁਹਾਡੇ ਕੋਲ ਧਰਮ ਦੇ ਗੁਣ ਨਹੀਂ ਹੈਗੇ ਧਰਮ ਦੀ ਕਮਾਈ ਹੈ ਨਹੀਂ ਭਾਵੇਂ ਤੁਸੀਂ ਹਿੰਦੂ ਹੋ ਭਾਵੇਂ ਮੁਸਲਮਾਨ ਹੋ ਭਾਵੇਂ ਕੋਈ ਵੀ ਹੋ ਫਿਰ ਐਸ ਲੋਕ ਦੇ ਵਿੱਚ ਵੀ ਰੋਣਾ ਤੇ ਪਰਲੋਕ ਦੇ ਵਿੱਚ ਵੀ ਰੋਣਾ ਹੀ ਪੱਲੇ ਪਵੇਗਾ ਪਰ ਜੇ ਤੁਹਾਡੇ ਕੋਲ ਸ਼ੁਭ ਅਮਲ ਨੇ ਸ਼ੁਭ ਗੁਣ ਹਾਂ ਕਮਾਈ ਹੈ ਕੋਈ ਪੁੰਨਦਾਨ ਕੋਈ ਜਪ ਤਪ ਤੁਹਾਡੇ ਕੋਲ ਹੈ ਫਿਰ ਦੋਨੇ ਹੀ ਧਰਮ ਮੁਬਾਰਕ ਨੇ ਸੋ ਇਥੇ ਬਚਨ ਆ ਗਿਆ ਅਸੀਂ ਦੁਨੀਆ ਵਿੱਚ ਇਹ ਬਚਨ ਜ਼ਰੂਰ ਕਰਦੇ ਆ ਕਿ ਮੇਰਾ ਧਰਮ ਉੱਤਮ ਸ੍ਰੇਸ਼ਟ ਹੈ ਮੈਂ ਵੱਡੇ ਧਰਮ ਵਾਲਾ ਹਾਂ ਸਤਿਗੁਰੂ ਕਹਿਣ ਲੱਗੇ ਹਰ ਹਰ ਨਾਮ ਜਿਹੜਾ ਹਰ ਹਰ ਦਾ ਨਾਮ ਲੈਣਾ ਇਹੋ ਹੀ ਸਭ ਤੋਂ ਵੱਡਾ ਧਰਮ ਹੈ ਜਿਨੇ ਨਾਮ ਜਪਿਆ ਨੂੰ ਕਿਸੇ ਵੀ ਧਰਮ ਦੇ ਵਿੱਚ ਹੋਵੇ ਉਸ ਦਾ ਹੀ ਧਰਮ ਵੱਡਾ ਹੈ ਹਰ ਹਰ ਕਰਤ ਜਾਤ ਕੁਲ ਹਰੀ ਹਰ ਹਰ ਦਾ ਨਾਮ ਉਚਾਰਨ ਕਰਦਿਆਂ ਹੋਇਆਂ ਇਹ ਕੁਲ ਦੀ ਜਿਹੜੀ ਹੰਕਾਰ ਵਾਲੀ ਬਿਰਤੀ ਦੂਰ ਹੋ ਜਾਂਦੀ ਹੈ ਜੇ ਆਪਾਂ ਨਾਮ ਜਪੇ ਤੋਂ ਬਿਨਾ ਇਹ ਗੱਲ ਕਹੀਏ ਨਾ ਵੀ ਮੇਰੇ ਮਨ ਦਾ ਹੰਕਾਰ ਦੂਰ ਹੋ ਜਾਏਗਾ ਕਦੇ ਨਹੀਂ ਹੋਵੇਗਾ ਪਰ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੀ ਇਹ ਜਾਤ ਦੀ ਹੰਕਾਰ ਵਾਲੀ ਬਿਰਤੀ ਨਾਸ਼ ਹੋ ਜਾਂਦੀ ਹੈ ਮੈਂ ਫਲਾਣੀ ਗੋਤ ਹੈ ਮੇਰੀ ਮੇਰੀ ਫਲਾਣੀ ਜਾਤ ਹੈ ਮੈਂ ਫਲਾਣੇ ਖਾਨਦਾਨ ਵਿੱਚੋਂ ਇਹ ਵੀ ਸਾਨੂੰ ਇੱਕ ਮਾਣ ਹੈ ਕਿ ਮੇਰੇ ਵਰਗੀ ਜਾਤ ਨਹੀਂ ਹੈ ਕਿਸੇ ਦੀ ਮੇਰੇ ਵਰਗਾ ਖਾਨਦਾਨ ਨਹੀਂ ਹੈ ਕਿਸੇ ਦਾ ਪਾਤਸ਼ਾਹ ਕਹਿਣ ਲੱਗੇ ਜੇ ਨਾਮ ਜਪੇਗਾ ਇਹ ਜਿਹੜੀ ਜਾਤ ਦਾ ਹੰਕਾਰ ਹੈ ਨਾ ਮਾਨ ਇਹ ਵੀ ਸਾਰਾ ਹਾਰ ਹੀ ਗਈਏ ਨਾਸ ਹੋ ਜਾਏਗਾ ਜਾਤ ਦਾ ਮਾਨ ਰਹੇਗਾ ਨਹੀਂ ਜਾਤ ਦਾ ਮਾਨ ਨਾ ਕਰ ਮੂਰਖ ਗਵਾਰਾ ਮਹਾਰਾਜ ਦੇ ਬਚਨ ਨੇ ਕਹਿਣ ਲੱਗੇ ਜਾਤ ਦਾ ਮੂਰਖਾ ਹੰਕਾਰ ਨਾ ਕਰਿਆ ਕਰ ਕਿਉਂਕਿ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਨਾ ਕਰ ਅਵਗੁਣ ਪਛੋ ਤਾਵਨਾ ਦਰਗਾਹ ਦੇ ਵਿੱਚ ਉੱਥੇ ਨਾ ਜਾਤ ਜਾਣੀ ਨਾ ਸਰੀਰ ਜਾਣਾ ਕੁਝ ਨਹੀਂ ਜਾਣਾ ਉੱਥੇ ਤੇ ਤੇਰੇ ਗੁਣ ਤੇ ਅਵਗੁਣ ਜਾਣਗੇ ਕਿੰਨੇ ਗੁਣ ਕੀਤੇ ਨੇ ਕਿੰਨੇ ਅਵਗੁਣ ਕੀਤੇ ਉਹ ਨਾਲ ਜਾਣ ਸੋ ਇਥੇ ਬਚਨ ਆ ਗਿਆ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਹਰ ਹਰ ਕਰਤ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਰਾਮ ਰਾਮ ਕਰਦੇ ਆਂ ਜਾਤ ਕੁਲ ਹਰੀ ਇਹ ਜਿਹੜੀ ਜਾਤ ਦਾ ਹੰਕਾਰ ਹੈ ਇਹ ਹੰਕਾਰ ਵਾਲੀ ਬਿਰਤੀ ਚਲੇ ਜਾਂਦੀ ਹੈ ਸੋ ਹਰ ਅੰਦਲੇ ਕੀ ਲੱਕੀ ਅੰਨੇ ਪੁਰਸ਼ ਦੀ ਲੱਕੜੀ ਦੇ ਵਾਂਗ ਹੀ ਇਹ ਜੋ ਰੱਬ ਦਾ ਨਾਮ ਹੈ ਆਸਰਾ ਰੂਪ ਹੈ ਜਿਵੇਂ ਕੋ ਅੰਨਾ ਬੰਦਾ ਹੁੰਦਾ ਹੈ ਨਾ ਉਹਦਾ ਆਸਰਾ ਕੀ ਹੈ ਹੱਥ ਵਿੱਚ ਫੜੀ ਹੋਈ ਛੋਟੀ ਹੈ ਛੋਟੀ ਦੇ ਨਾਲ ਉਹ ਟੋ ਟੋ ਕੇ ਚੱਲਦਾ ਹੈ ਵੀ ਕਿੱਥੇ ਸੜਕ ਹੈ ਕਿੱਥੇ ਖੇਤ ਹੈ ਕਿੱਥੇ ਕੋਈ ਦਰਵਾਜ਼ਾ ਹੈ ਜਿਵੇਂ ਅੰਨੇ ਬੰਦੇ ਦਾ ਆਸਰਾ ਸੋਟੀ ਹੈ ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਦਾ ਨਾਮ ਸਾਡਾ ਸੋਟੀ ਦੇ ਵਾਂਗ ਆਸਰਾ ਹੈ ਅਸੀਂ ਤੇ ਅੰਨੇ ਹਾਂ ਸਾਡੇ ਕੋਲ ਗਿਆਨ ਵੈਰਾਗ ਦੇ ਨਿਤਰ ਨਹੀਂ ਪਰ ਜਦੋਂ ਅਸੀਂ ਵਾਹਿਗੁਰੂ ਮੰਤਰ ਦਾ ਚਿੰਤਨ ਕਰਾਂਗੇ ਜਾਪ ਕਰਾਂਗੇ ਪ੍ਰਮਾਤਮਾ ਦਾ ਨਾਮ ਸਾਨੂੰ ਉਹ ਸੋਟੀ ਦੇ ਵਾਂਗ ਰਸਤਾ ਵਿਖਾਉਣ ਵਾਲਾ ਹੈ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਗੁਰਬਾਣੀ ਦਾ ਬਚਨ ਵੀ ਭਗਤਾਂ ਨੇ ਲਿਖਿਆ ਹੈ ਪ੍ਰਮਾਤਮਾ ਤੇਰਾ ਨਾਮ ਮੈਨੂੰ ਰਸਤਾ ਵਿਖਾਉਣ ਵਾਲਾ ਹੈ ਮੈਂ ਤੇ ਅੰਨਾ ਹਾਂ ਮੇਰੇ ਨਾਂ ਮੈਨੂੰ ਤੇਰੇ ਨਾਮ ਦੀ ਇੱਕ ਟੇਕ ਹੈ ਐਸੀ ਨਾਮ ਦੀ ਮਹਿਮਾ ਕਰਦੇ ਹਾਂ ਹਰ ਏ ਨਮਸਤੇ ਹਰੇ ਨਮੈ ਭਗਤ ਨਾਮਦੇਵ ਜੀ ਕਹਿਣ ਲੱਗੇ ਐ ਹਰੀ ਆਪ ਜੀ ਨੂੰ ਨਮਸਤੇ ਨਮਸਤੇ ਕਹਿੰਦੇ ਨਮਸਕਾਰ ਹੈ ਨਮਸਕਾਰ ਹੈ ਹਰ ਏ ਜੋ ਹਰੀ ਹੈ ਨਾ ਹਰੀ ਦੇ ਏ ਕਈਏ ਤਾਈਂ ਕੱਠਾ ਹੀ ਲਿਖਿਆ ਮਹਾਰਾਜ ਨੇ ਹਰ ਏ ਹਰ ਤੋਂ ਭਾਵ ਹਰੀ ਤੇ ਏ ਤੋਂ ਭਾਵ ਹੈ ਤਾਈਂ ਐ ਹਰੀ ਤੇਰੇ ਤਾਈਂ ਨਮਸਤੇ ਸਾਡੀ ਨਮਸਕਾਰ ਹੈ ਹਰ ਏ ਨਮ ਹੈ ਏ ਹਰੀ ਤੇਰੇ ਤਾਈਂ ਸਾਡੀ ਨਮੈ ਨਮਸਕਾਰ ਹੈ ਭਾਵ ਐ ਪਰਮਾਤਮਾ ਤੈਨੂੰ ਨਮਸਕਾਰ ਹੈ ਐ ਪਰਮਾਤਮਾ ਤੈਨੂੰ ਨਮਸਕਾਰ ਹੈ ਨਮਸ਼ਕਾਰਤਾ ਕੋ ਲਖਬਾਰ ਗੁਰਬਾਣੀ ਦਾ ਬਚਨ ਵੀ ਹੈ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਇਸ ਤਰ੍ਹਾਂ ਸਾਡੀ ਨਮਸਕਾਰ ਪ੍ਰਮਾਤਮਾ ਤੇਰੇ ਚਰਨਾਂ ਦੇ ਤਾਈ ਹਰ ਹਰ ਕਰਤ ਨਹੀਂ ਦੁੱਖ ਜਮਾ ਜਿਹੜਾ ਹਰ ਹਰ ਕਰੇਗਾ ਵਾਹਿਗੁਰੂ ਵਾਹਿਗੁਰੂ ਕਰੇਗਾ ਉਹਨੂੰ ਜਮਾ ਦਾ ਦੁੱਖ ਆਗੇ ਨਹੀਂ ਲੱਗੇਗਾ ਐਸ ਸੰਸਾਰ ਵਿੱਚ ਬੜੇ ਦੁੱਖ ਨੇ ਪਰ ਇਹਨਾਂ ਦੁੱਖਾਂ ਤੋਂ ਅੱਗੇ ਇੱਕ ਦੁੱਖ ਮੌਤ ਦਾ ਹੈ ਮੌਤ ਤੋਂ ਅੱਗੇ ਦੁੱਖ ਇੱਕ ਜਮਾ ਦਾ ਹੈ ਜਿਹੜੀ ਜਮ ਸ਼ਾਸਨਾ ਦੇਣਗੇ ਨਾ ਆ ਕੇ ਸਜ਼ਾਵਾਂ ਦੇਣਗੇ ਨਾ ਉਹਨਾਂ ਸਜ਼ਾਵਾਂ ਦਾ ਵੀ ਬੜਾ ਦੁੱਖ ਹੈ। ਨਾਮਦੇਵ ਜੀ ਕਹਿਣ ਲੱਗੇ ਵਾਹਿਗੁਰੂ ਵਾਹਿਗੁਰੂ ਕਰੇਗਾ ਤੇ ਇੱਥੋਂ ਦੇ ਦੁੱਖ ਵੀ ਖਤਮ ਹੋ ਜਾਣਗੇ ਐਸ ਲੋਕ ਤੇ। ਜਦੋਂ ਸਰੀਰ ਛੱਡ ਕੇ ਪਰਲੋਕ ਨੂੰ ਚੱਲੇਗਾ ਮੌਤ ਦਾ ਵੀ ਦੁੱਖ ਨਹੀਂ ਰਹੇਗਾ ਔਰ ਜਮ ਵੀ ਤੈਨੂੰ ਦੁੱਖ ਨਹੀਂ ਦੇ ਸਕਣਗੇ ਐਸਾ ਪ੍ਰਮਾਤਮਾ ਦਾ ਨਾਮ ਹੈ। ਹਰ ਹਰ ਕਰਤ ਨਹੀਂ ਦੁੱਖ ਜਮ ਹੈ ਜਮ ਹੈ ਤੋਂ ਭਾਵ ਜਿਹੜੇ ਜਮਦੂਤ ਨੇ ਨਾਮ ਜਪਦਿਆ ਹੋਇਆ ਤੈਨੂੰ ਦੁੱਖ ਨਹੀਂ ਦੇ ਸਕਣਗੇ ਐਸਾ ਨਾਮ ਤੇਰੀ ਮਦਦ ਕਰੇਗਾ ਹਰ ਹਰ ਨਾਮ ਜਪੰਤਿਆਂ ਕਾਸ਼ ਨਾ ਕਹੈ ਜਮ ਕਾਲ ਰੱਬ ਦਾ ਨਾਮ ਲਈਏ ਤੇ ਜਮ ਕਾਲ ਮੌਤ ਵੀ ਕੁਝ ਆਖਦੀ ਨਹੀਂ ਹੈ ਹਰ ਹਰ ਨਾਕਸ਼ ਹਰੇ ਪ੍ਰਾਨ ਸੋ ਉਸ ਵੇਲੇ ਭਗਤ ਨਾਮਦੇਵ ਜੀ ਬਚਨ ਕਰਦੇ ਕਹਿਣ ਲੱਗੇ ਉਸ ਹਰੀ ਨੇ ਜੋ ਹਰਨਾਖਸ਼ ਹੈ ਦੈਂਤ ਉਸ ਦੇ ਪ੍ਰਾਨ ਨਾਸ਼ ਕੀਤੇ ਗੁਰਮੁਖੋ ਹਰਨਾਕਸ਼ ਨਾਮ ਦਾ ਇੱਕ ਰਾਜਾ ਹੋਇਆ ਸਾਜੁਗ ਦੇ ਵਿੱਚ ਇਸ ਦਾ ਪੁੱਤਰ ਸੀ ਪ੍ਰਹਿਲਾਦ ਪਾਕਿਸਤਾਨ ਦੇ ਵਿੱਚ ਇੱਕ ਸ਼ਹਿਰ ਹੈ ਜਿਸ ਨੂੰ ਮਲਤਾਨ ਕਹਿੰਦੇ ਨੇ ਮਲਤਾਨ ਦਾ ਇਹ ਰਾਜਾ ਸੀ ਹਰਨਾਕਸ਼ ਤੇ ਇਸ ਰਾਜੇ ਹਰਨਾਕਸ਼ ਦਾ ਇੱਕ ਭਰਾ ਹੈ ਨਾਮ ਹੈ ਹਰਣ ਕਪਸ਼ ਹਰਣ ਕਪਸ਼ ਦਾ ਭਗਵਾਨ ਨਾਲ ਜੰਗ ਹੋਇਆ ਤੇ ਭਗਵਾਨ ਨੇ ਹਰਣ ਕਪਸ਼ ਨੂੰ ਮਾਰ ਦਿੱਤਾ ਜਦੋਂ ਆਪਣੇ ਭਰਾ ਦਾ ਮਰਨਾ ਸੁਣਿਆ ਤੇ ਉਸ ਵੇਲੇ ਹਰਨਾਕਸ਼ ਨੂੰ ਬੜਾ ਗੁੱਸਾ ਆਇਆ ਵੀ ਮੇਰੇ ਭਗਵਾਨ ਨੂੰ ਮੇਰੇ ਭਰਾ ਨੂੰ ਭਗਵਾਨ ਨੇ ਮਾਰਿਆ ਹੈ ਮੈਂ ਹੁਣ ਭਗਵਾਨ ਦਾ ਨਾਮ ਕਿਸੇ ਨੂੰ ਲੈਣ ਹੀ ਨਹੀਂ ਦੇਵਾਂਗਾ ਸਾਰੇ ਆਪਣੇ ਰਾਜ ਵਿੱਚ ਐਲਾਨ ਕਰ ਦਿੱਤਾ ਵੀ ਮੇਰੇ ਰਾਜ ਦੇ ਵਿੱਚ ਕੋਈ ਵੀ ਬੰਦਾ ਰੱਬ ਦਾ ਨਾਮ ਨਾ ਲਵੇ ਜੇ ਕਿਸੇ ਨੇ ਨਾਮ ਲੈਣਾ ਤੇ ਮੇਰਾ ਨਾਮ ਲਵੇ ਮੇਰੇ ਨਾਮ ਬਿਨਾ ਨਾ ਕੋਈ ਲਵੇ ਹੀ ਨਾ ਕਿਸੇ ਦਾ ਇਸੇ ਹਰਨਾਖੇ ਦੇ ਘਰ ਵਿੱਚ ਇੱਕ ਪੁੱਤਰ ਪੈਦਾ ਹੋਇਆ ਨਾਮ ਰੱਖਿਆ ਗਿਆ ਪ੍ਰਹਿਲਾਦ ਭਗਤ ਤੇ ਪ੍ਰਹਿਲਾਦਾ ਜਿਹੜਾ ਬਚਪਨ ਹੈ ਨਾ ਉਹ ਸਾਧੂਆਂ ਦੇ ਨਾਲ ਰਹੀਆਂ ਮੁਣੀਆਂ ਦੇ ਆਸ਼ਰਮ ਦੇ ਵਿੱਚ ਬਤੀਤ ਹੋਇਆ ਉਥੋਂ ਚੇਟਕ ਲੱਗ ਗਈ ਇਸ ਬੱਚੇ ਨੂੰ ਵੀ ਰੱਬ ਦਾ ਨਾਮ ਸਭ ਤੋਂ ਵੱਡਾ ਹੈ ਰੱਬ ਦੇ ਨਾਮ ਨਾਲ ਸਭ ਕੁਝ ਪ੍ਰਾਪਤ ਹੁੰਦਾ ਹੈ ਇਹ ਭਗਤ ਪ੍ਰਹਿਲਾਦ ਜੀ ਫਿਰ ਹਰ ਹਰ ਦਾ ਜਾਪ ਕਰਨ ਲੱਗ ਪਿਆ ਜਦੋਂ ਹਰਨਾਖਿ ਨੂੰ ਪਤਾ ਲੱਗਾ ਵੀ ਮੈਂ ਤੇ ਦੁਨੀਆਂ ਨੂੰ ਇਹ ਗੱਲ ਕਹਿੰਦਾ ਹਾਂ ਵੀ ਰੱਬ ਦਾ ਨਾਮ ਹੀ ਕਿਸੇ ਨੇ ਲੈਣਾ ਜਿੰਨੇ ਲੈਣਾ ਮੇਰਾ ਨਾਮ ਲਵੋ ਪਰ ਮੇਰਾ ਤੇ ਪੁੱਤਰ ਹੀ ਰੱਬ ਦਾ ਨਾਮ ਲੈਂਦਾ ਪਿਆ ਜੇ ਮੇਰੇ ਘਰ ਦੇ ਹੀ ਨਹੀਂ ਮੇਰੇ ਅੱਖੇ ਲੱਗਣਗੇ ਤੇ ਬਾਹਰ ਦੇ ਨੇ ਕਿੱਥੋਂ ਲੱਗਣਾ ਹੈ ਸੰਡਾ ਮਰਕਾ ਜਾਏ ਪੁਕਾਰੇ ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਬਗਾੜੇ ਸੰਡਾ ਤੇ ਮਰਕਾ ਉਸਦੇ ਅਧਿਆਪਕ ਸਨ ਪੜਾਉਣ ਵਾਲੇ ਟੀਚਰ ਉਹਨਾਂ ਨੇ ਜਾ ਕੇ ਰਾਜੇ ਕੋਲ ਫਰਿਆਦ ਕੀਤੀ ਕਹਿਣ ਲੱਗੇ ਰਾਜਨ ਤੇਰਾ ਪੁੱਤਰ ਤੇਰਾ ਨਾਮ ਨਹੀਂ ਲੈਂਦਾ ਤੇਰਾ ਪੁੱਤਰ ਤੇ ਭਗਵਾਨ ਦਾ ਨਾਮ ਲੈਂਦਾ ਹੈ ਇਹ ਆਪ ਵੀ ਤੇਰੀ ਗੱਲ ਮੰਨਣ ਤੋਂ ਪਰੇ ਹੋ ਗਿਆ ਤੇ ਇਹਨੇ ਆਪਣੇ ਜਿਹੜੇ ਸਹਿपाठी ਨੇ ਨਾਲ ਪੜਨ ਵਾਲੇ ਜਿਹੜੇ ਵਿਦਿਆਰਥੀ ਬੱਚੇ ਨੇ ਉਹਨਾਂ ਨੂੰ ਵੀ ਆਪਣੇ ਵਰਗਾ ਬਣਾ ਲਿਆ ਜਦੋਂ ਹਰਨਾਕਸ਼ ਨੇ ਇਹ ਗੱਲ ਸੁਣੀ ਹੈ ਤੇ ਬੜੇ ਗੁੱਸੇ ਵਿੱਚ ਆਖਦਾ ਮੇਰੇ ਪੁੱਤਰ ਨੂੰ ਪਹਾੜ ਤੋਂ ਥੱਲੇ ਸੁੱਟ ਕੇ ਧੱਕਾ ਦੇ ਕੇ ਮਾਰ ਦਿਓ ਮੈਨੂੰ ਇਹੋ ਜੇ ਪੁੱਤਰ ਦੀ ਲੋੜ ਹੀ ਨਹੀਂ ਹੈ ਜਿਹੜਾ ਮੇਰੇ ਅੱਖੇ ਨਾ ਲੱਗੇ ਛਿਪਾਈਆਂ ਨੇ ਰਾਜੇ ਦਾ ਹੁਕਮ ਸੁਣ ਕੇ ਛੇਤੀ ਨਾਲ ਪਹਾੜ ਤੋਂ ਪ੍ਰਹਿਲਾਦ ਭਗਤ ਨੂੰ ਥੱਲੇ ਸੁੱਟਿਆ ਥੱਲੇ ਡਿੱਗਣ ਦੇ ਬਾਵਜੂਦ ਵੀ ਪ੍ਰਹਿਲਾਦ ਨੂੰ ਕੁਝ ਨਹੀਂ ਹੋਇਆ ਹੁਣ ਰਾਜੇ ਨੇ ਵੇਖਿਆ ਵੀ ਮੇਰੀ ਹਾਰ ਹੈ ਲੋਕ ਆਖਣਗੇ ਵੀ ਇਹਨੇ ਮਾਰਿਆ ਪਰ ਉਹ ਮਰਿਆ ਨਹੀਂ ਦੂਜਾ ਹੁਕਮ ਇਹ ਦਿੱਤਾ ਗਿਆ ਵੀ ਇਸ ਨੂੰ ਪਾਣੀ ਦੇ ਵਿੱਚ ਡੋਬ ਦਿਓ ਪੈਰਾਂ ਨਾਲ ਪੱਥਰ ਬੰਨ ਕੇ ਤੇ ਪਾਣੀ ਦੇ ਤਲਾਬ ਦੇ ਵਿੱਚ ਸੁੱਟ ਦਿਓ ਸੁੱਟਾ ਗਿਆ ਸੁੱਟਿਆ ਗਿਆ ਪਾਣੀ ਦੇ ਤਲਾਬ ਦੇ ਵਿੱਚ ਪਰ ਪਾਣੀ ਵੀ ਡੋਬ ਨਹੀਂ ਸਕਿਆ ਤੀਜਾ ਹੁਕਮ ਇਹ ਦਿੱਤਾ ਗਿਆ ਵੀ ਇਸ ਨੂੰ ਵੱਡਾ ਸਾਰਾ ਚਿਖਾ ਤਿਆਰ ਕਰਕੇ ਲੱਕੜਾਂ ਦਾ ਢੇਰ ਇਕੱਠਾ ਕਰਕੇ ਤੇ ਉਹਦੇ ਉੱਪਰ ਬਿਠਾ ਕੇ ਅੱਗ ਲਾ ਦਿਓ। ਚਿਖਾ ਦੇ ਉੱਪਰ ਬਿਠਾ ਕੇ ਵੀ ਅੱਗ ਲਾਈ ਗਈ ਪਰ ਪ੍ਰਹਲਾਦ ਜੀ ਨੂੰ ਅੱਗ ਸਾੜ ਨਹੀਂ ਸਕੀ ਐ। ਜਦੋਂ ਵੇਖਿਆ ਵੀ ਮੇਰਾ ਤੇ ਕੋਈ ਵੀ ਕੀਤਾ ਯਤਨ ਕਾਮਯਾਬ ਨਹੀਂ ਹੋ ਰਿਹਾ ਤੇ ਉਸ ਵੇਲੇ ਹਰਨਾਕਸ਼ ਫਿਰ ਖੁਦ ਤਲਵਾਰ ਕੱਢ ਕੇ ਨੰਗੀ ਕਹਿਣ ਲੱਗਾ ਵੀ ਦੱਸ ਤੈਨੂੰ ਰੱਖਣ ਵਾਲਾ ਕਿੱਥੇ ਐ? ਜੋ ਤੇਰੀ ਰਾਖੀ ਕਰਦਾ। ਪ੍ਰਹਲਾਦ ਜੀ ਨੇ ਬੜੀ ਮਾਸੂਮੀਅਤ ਨਾਲ ਕਿਹਾ ਵੀ ਉਹ ਤੇ ਜਰੇ-ਜਰੇ ਵਿੱਚ ਕਣ-ਕਣ ਵਿੱਚ ਸਮਾਇਆ ਉਹਦਾ ਦੱਸਣਾ ਕੀ ਹੈ ਉਹ ਤੇ ਸਾਰੇ ਥਾਵਾਂ ਤੇ ਹੀ ਹੈ ਜਿਸ ਥੰਮ ਦੇ ਨਾਲ ਬੱਧਾ ਸੀ ਪ੍ਰਹਲਾਦ ਭਗਤ ਨੂੰ ਉਸੇ ਥੰਮ ਦੇ ਵਿੱਚ ਉਹ ਫਿਰ ਹਰੀ ਹਰ ਨਰਸਿੰਘ ਦਾ ਰੂਪ ਲੈ ਕੇ ਪ੍ਰਗਟ ਹੋਇਆ ਨਰਸਿੰਘ ਤੋਂ ਭਾਵ ਜਿਸ ਦਾ ਸਰੀਰ ਬੰਦੇ ਦਾ ਹੈ ਤੇ ਸਿਰ ਜਿਹੜਾ ਸੀ ਸ਼ੇਰ ਦਾ ਲੱਗਾ ਹੋਇਆ ਦੋ ਜੂਨਾ ਨੂੰ ਇਕੱਠਾ ਕਰਕੇ ਇੱਕ ਸਰੀਰ ਬਣਾਇਆ ਜਿਵੇਂ ਮਨੁੱਖ ਦਾ ਤੇ ਢੜ ਹੈ ਤੇ ਸਿਰ ਸ਼ੇਰ ਦਾ ਹੈ ਉਹਨੂੰ ਕਿਹਾ ਜਾਂਦਾ ਨਰ ਸਿੰਘ ਇਹੋ ਜਿਹਾ ਰੂਪ ਲੈ ਕੇ ਫਿਰ ਹਰਨਾਕਸ਼ ਨੂੰ ਨੋਹਾਂ ਦੇ ਨਾਲ ਇਹਦੇ ਪੇਟ ਤੋਂ ਫੜ ਕੇ ਨਾ ਢਿੱਡ ਤੋਂ ਫੜ ਕੇ ਤੇ ਨੋਹਾਂ ਦੇ ਨਾਲ ਢਿੱਡੀ ਪਾੜ ਦਿੱਤਾ ਅੰਦਰਾਂ ਬਾਹਰ ਕੱਢ ਦਿੱਤੇ ਹਨ ਕਿਉਂਕਿ ਇਸ ਨੇ ਵਰ ਮੰਗਿਆ ਸੀ ਮੈਨੂੰ ਮੌਤ ਨਾ ਆਵੇ ਨਾ ਅੰਦਰ ਨਾ ਬਾਹਰ ਨਾ ਧਰਤੀ ਤੇ ਨਾ ਆਕਾਸ਼ ਤੇ ਇਸ ਦੇ ਵਰ ਪੂਰੇ ਕਰਕੇ ਹਰਨਾਕਸ਼ ਨੂੰ ਮਾਰਿਆ ਇੱਥੇ ਬਚਨ ਆ ਗਿਆ ਕਹਿਣ ਲੱਗੇ ਹਰ ਹਰਨਾਕਸ਼ ਹਰੇ ਪ੍ਰਾਨ ਉਹ ਜੋ ਹਰੀ ਪ੍ਰਮਾਤਮਾ ਹੈ ਉਸਨੇ ਹਰਨਾਕਸ਼ ਦਾਣ ਦੇ ਜਿਹੜੇ ਪ੍ਰਾਨ ਸਨ ਨਾਸ ਕੀਤੇ ਐਸਾ ਉਹ ਪ੍ਰਮਾਤਮਾ ਹੈ ਜੈ ਮਲਕੀ ਉਹ ਬੈਕੁੰਠਾ ਹੈ ਧਾ ਥਾਨ ਇਸੇ ਤਰ੍ਹਾਂ ਅਜੈਮਲ ਨਾਮ ਦਾ ਇੱਕ ਬ੍ਰਾਹਮਣ ਹੋਇਆ ਗੁਰਮੁਖੋ ਇਹ ਬਹੁਤ ਭਾਰੀ ਵਿਦਿਆ ਪੜਿਆ ਕਰਦਾ ਆਪਣੇ ਸਟਾਰ ਟੀਚਰ ਦੇ ਕੋਲ ਅਧਿਆਪਕ ਦੇ ਕੋਲ ਜਾ ਕੇ ਮਤਬੜੀ ਤਿੱਖੀ ਹੈ ਜਿਹੜੀ ਗੱਲ ਇੱਕ ਵਾਰੀ ਸੁਣਦਾ ਹੈ ਜਿਹੜਾ ਗ੍ਰੰਥ ਇੱਕ ਵਾਰੀ ਪੜ੍ਹਦਾ ਜੁਬਾਨੀ ਯਾਦ ਹੋ ਜਾਂਦਾ ਤੇ ਪੜ੍ਹਾਉਣ ਵਾਲੇ ਗੁਰੂ ਨੇ ਵੇਖਿਆ ਬੱਚਾ ਬੜਾ ਸਿਆਣਾ ਬੜਾ ਕਾਬਿਲ ਹੈ ਬੜਾ ਸੋਹਣਾ ਪੜਦਾ ਹੈ ਅਜਾਮਲ ਨੂੰ ਕਹਿ ਦਿੱਤਾ ਵੀ ਤੂੰ ਸ਼ਹਿਰ ਦੇ ਵਿੱਚੋਂ ਦੀ ਨਹੀਂ ਜਾਣਾ ਹੈ ਤੂੰ ਸ਼ਹਿਰ ਦੇ ਬਾਹਰ-ਬਾਰ ਸਾਡੇ ਕੋਲ ਆਇਆ ਕਰ ਤੇ ਵਿਦਿਆ ਪੜ੍ਹ ਕੇ ਬਾਹਰ-ਬਾਰ ਚਲੇ ਜਾਇਆ ਕਰ ਰੋਜ਼ ਸ਼ਹਿਰ ਦੇ ਬਾਹਰੋਂ ਬਾਹਰ ਹੀ ਆਉਂਦਾ ਹੈ ਵਿਦਿਆ ਪੜ੍ਹਦਾ ਚਲੇ ਜਾਂਦਾ ਇੱਕ ਦਿਨ ਮਨ ਵਿੱਚ ਗੱਲ ਆ ਗਈ ਮੇਰੇ ਗੁਰੂ ਨੇ ਆਖਿਆ ਸ਼ਹਿਰ ਵਿੱਚ ਨਹੀਂ ਜਾਣਾ ਮੈਂ ਸ਼ਹਿਰ ਵਿੱਚ ਜਾ ਕੇ ਵੇਖਾਂ ਤੇ ਸਹੀ ਵੀ ਗੱਲ ਕੀ ਐ ਮੈਨੂੰ ਰੋਕਿਆ ਕਿਉਂ ਗਿਆ ਇਹ ਤੇ ਬਚਨ ਨਹੀਂ ਯਾਦ ਰੱਖਿਆ ਵੀ ਗੁਰੂ ਨੇ ਆਖਿਆ ਜਾਣਾ ਨਹੀਂ ਗੱਲ ਖਤਮ ਐ ਗੱਲ ਇਹ ਆ ਗਈ ਵੀ ਵੇਖ ਕੇ ਆਵਾਂ ਵੀ ਕਾਰਨ ਕੀ ਐ ਜਦੋਂ ਨੰਗੇ ਆ ਨਾ ਬਜ਼ਾਰ ਦੇ ਵਿੱਚ ਆਉਂਦੀ ਤੇ ਬਜ਼ਾਰ ਦੇ ਵਿੱਚ ਇੱਕ ਵੇਸਵਾ ਦਾ ਘਰ ਹੈ ਵੇਸਵਾ ਆਪਣੇ ਚੁਬਾਰੇ ਵਿੱਚ ਬੈਠੀ ਹੋਈ ਕੋਈ ਗੀਤ ਸੰਗੀਤ ਗਾਉਂਦੀ ਪਈ ਐ ਉਹਦੀ ਆਵਾਜ਼ ਇਸ ਨੂੰ ਚੰਗੀ ਲੱਗੀ ਐ ਵੇਸਵਾ ਦੇ ਚਾਰੇ ਚਲਾ ਗਿਆ ਉਹਦੇ ਨਾਲ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਜਾਣ ਪਛਾਣ ਬਣ ਗਈ ਇੱਥੋਂ ਤੱਕ ਕਿ ਵਿਦਿਆ ਪੜ੍ਹਨੀ ਛੱਡ ਦਿੱਤੀ ਤੇ ਵੇਸਵਾ ਨਾਲ ਹੀ ਵਿਆਹ ਕਰਵਾ ਲਿਆ ਵਿਆਹ ਕਰਾਉਣ ਤੋਂ ਬਾਅਦ ਪਰਿਵਾਰ ਨੇ ਬਰਾਦਰੀ ਨੇ ਸਮਾਜ ਨੇ ਇਸ ਨੂੰ ਬਾਹਰ ਕੱਢ ਦਿੱਤਾ ਬਾਹਰ ਸ਼ਿਕਾਰ ਕਰ ਦਿੱਤਾ ਵੀ ਤੂੰ ਸ਼ਹਿਰ ਵਿੱਚ ਨਹੀਂ ਰਹਿ ਸਕਦਾ ਪਰਿਵਾਰ ਵਿੱਚ ਨਹੀਂ ਰਹਿ ਸਕਦਾ ਤੇਰ ਨਾਲ ਸਾਡਾ ਮਿਲਣਾ ਵਰਤਨਾ ਬੰਦ ਤੂੰ ਬਾਹਰ ਚਲੇ ਜਾ ਬਾਹਰ ਜਾ ਕੇ ਕਿਸੇ ਜੰਗਲ ਵਿੱਚ ਕੁਟਿਆ ਬਣਾ ਕੇ ਵੇਸਵਾ ਦੇ ਨਾਜ਼ ਰਹਿਣ ਲੱਗ ਪਿਆ ਜਦੋਂ ਕੁਝ ਸਾਲ ਲੰਘ ਗਏ ਫਿਰ ਜਾ ਕੇ ਹੋਸ਼ ਆਈ ਵੀ ਮੈਂ ਗਲਤੀ ਕੀਤੀ ਮੈਨੂੰ ਤਾਂ ਸਜ਼ਾ ਮਿਲੀ ਹੈ ਪਹਿਲਾਂ ਤੇ ਜਿੱਦਦਾ ਰਿਆ ਲੋਕਾਂ ਨਾਲ ਲੜਦਾ ਰਿਆ ਪਰ ਜਦੋਂ ਸਮਝ ਆਈ ਨਾ ਵੀ ਮੈਂ ਗਲਤ ਕਦਮ ਚੁੱਕਿਆ ਹੈ ਤੇ ਫਿਰ ਪਛਤਾਉਂਦਾ ਹੈ ਇੱਕ ਦਿਨ ਮਹਾਤਮਾ ਤੁਰੇ ਜਾ ਰਹੇ ਸਨ ਆਪਣੇ ਸਾਧੂ ਮੰਡਲੀ ਦੇ ਨਾਲ ਤੇ ਇਸ ਨੇ ਵੇਖਿਆ ਵੀ ਮਹਾਤਮਾ ਜਾ ਰਹੇ ਨੇ ਭੱਜ ਕੇ ਜਾ ਕੇ ਬਲਾ ਕੇ ਲਿਆਇਆ ਮੇਰੀ ਕੁਟਿਆ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ ਮਹਾਤਮਾ ਨੇ ਚਰਨ ਪਾਏ ਉਸ ਵੇਲੇ ਇਸ ਨੇ ਫਿਰ ਬੇਨਤੀ ਕੀਤੀ ساری ਆਪਣੀ ਕਹਾਣੀ ਦੱਸੀ ਵੀ ਮਹਾਰਾਜ ਮੇਰੇ ਕੋਲੋਂ ਇਹ ਗਲਤੀ ਹੋਈ ਹੈ ਮੈਨੂੰ ਪਿੰਡ ਸਮਾਜ ਨੇ ਸਾਰਿਆਂ ਨੇ ਬਾਹਰ ਕੱਢ ਦਿੱਤਾ ਹੈ ਮੈਂ ਬੜਾ ਵੱਡਾ ਪਾਪੀ ਆ ਮੇਰਾ ਭਲਾ ਕਰੋ ਉਹ ਮਹਾਤਮਾ ਜਾਣਦੇ ਸਨ ਵੀ ਇਹ ਵਿਦਿਆ ਪੜ੍ਹਿਆ ਹੋਇਆ ਵਿਦਵਾਨ ਹੈ ਜੇ ਸਿੱਧਾ ਹੀ ਇਹਨੂੰ ਕਹਿ ਦਿੰਦਾ ਨਾ ਵੀ ਰੱਬ ਦਾ ਨਾਮ ਲਿਆ ਕਰ ਤੇ ਵਿਦਵਾਨ ਬੰਦਾ ਕਦੇ ਯਕੀਨ ਨਹੀਂ ਕਰਦਾ ਕਿਸੇ ਤੇ ਉਸ ਨੂੰ ਆਪਣੀ ਵਿਦਿਆ ਦਾ ਮਾਣ ਹੁੰਦਾ ਫਲਾਣੇ ਗ੍ਰੰਥ ਵਿੱਚ ਤੇ ਇਹ ਲਿਖਿਆ ਫਲਾਣੇ ਗ੍ਰੰਥ ਵਿੱਚ ਇਹ ਲਿਖਿਆ ਫਲਾਣੀ ਥਾਂ ਤੇ ਇਹ ਲਿਖਿਆ ਉਹ ਗ੍ਰੰਥਾਂ ਦੇ ਧਿਆਨ ਵਿੱਚ ਉਲਝ ਜਾਂਦਾ ਵੀ ਗ੍ਰੰਥਾਂ ਵਿੱਚ ਇਹ ਇਹ ਲਿਖਿਆ ਹੈ ਜੇ ਸਿੱਧਾ ਕਹਿ ਦਈਏ ਵੀ ਨਾਮ ਜਪਤੇ ਨੇ ਉਸ ਬਚਨ ਵੱਲ ਆਉਣਾ ਨਹੀਂ ਇਸ ਕਰਕੇ ਨਾਮ ਵੀ ਜਪਉਣਾ ਹੈ ਔਰ ਇਹਦਾ ਭਲਾ ਵੀ ਕਰਨਾ ਹੈ ਤੇ ਮਹਾਤਮਾ ਫਿਰ ਕਹਿਣ ਲੱਗੇ ਕਹਿਣ ਲੱਗੇ ਵੀ ਤੇਰੇ ਘਰ ਵਿੱਚ ਪੁੱਤਰ ਪੈਦਾ ਹੋਣਾ ਹੈ ਪੁੱਤਰ ਦਾ ਨਾਮ ਨਰਾਇਣ ਰੱਖ ਤੇਰਾ ਭਲਾ ਹੋ ਜਾਏਗਾ ਘਰ ਵਿੱਚ ਪੁੱਤਰ ਪੈਦਾ ਹੋਇਆ ਪੁੱਤਰ ਦਾ ਨਾਮ ਨਰਾਇਣ ਰੱਖਿਆ ਗਿਆ ਹੁਣ ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ ਨਰਾਇਣ 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 ਕਰਕੇ ਯਾਦ ਕਰਦਾ ਤੇ ਨਾਰਾਇਣ ਨਾਮ ਪ੍ਰਮਾਤਮਾ ਦਾ ਹੈ ਨਰ ਆਇਨ ਜਿਹੜਾ ਹਰ ਇੱਕ ਵਿੱਚ ਆਇਆ ਹੋਇਆ ਉਸ ਨੂੰ ਨਾਰਾਇਣ ਆਖਿਆ ਜਾਂਦਾ ਜਿਵੇਂ ਜਿਵੇਂ ਨਾਮ ਜਪਦਾ ਗਿਆ ਓਵੇਂ ਓਵੇਂ ਪਾਪ ਦੀ ਮੈਲ ਲੈਂਦੀ ਜਾਂਦੀ ਹੈ ਤੇ ਜਦੋਂ ਗੁਰਮੁਖੋ ਅੰਤਲਾ ਸਮਾ ਆਇਆ ਨਾ ਜਾਮ ਲੈਣ ਵਾਸਤੇ ਆਏ ਤੇ ਉਸ ਵੇਲੇ ਵੀ ਇਸ ਨੇ ਨਾਰਾਇਣ ਨੂੰ ਯਾਦ ਕੀਤਾ ਨਾਰਾਇਣ ਦਾ ਨਾਮ ਸੁਣਦਿਆਂ ਰੱਬ ਦਾ ਨਾਮ ਸੁਣਦਿਆਂ ਜਿਹੜੇ ਆਏ ਹੋਏ ਦੂਤ ਸਨ ਉਹ ਉਸੇ ਵੇਲੇ ਦੌੜ ਗਏ ਫਰਿਸ਼ਤੇ ਆ ਗਏ ਮਹਾਤਮਾ ਆ ਗਿਆ ਲੈਣ ਵਾਸਤੇ ਬੈਕੁੰਠ ਦੀ ਪ੍ਰਾਪਤੀ ਵਾਲਾ ਬਣ ਗਿਆ ਮਹਾਰਾਜ ਇਥੇ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਅਜੈਮਲ ਕੀ ਉਹ ਬੈਕੁੰਠ ਹੈ ਥਾਨ ਅਜਾਮਲ ਨਾਮ ਦਾ ਜਿਹੜਾ ਪਾਪੀ ਹੋਇਆ ਯਾਦ ਦਾ ਬ੍ਰਾਹਮਣ ਹੈ ਵਿਦਿਆ ਬੜੀ ਪੜਿਆ ਹੈ ਵਾਪੀ ਤਾਂ ਆਖਿਆ ਵਿਸਵਾ ਨਾਲ ਵਿਆਹ ਕਰਵਾਇਆ ਹੈ ਧਰਮ ਦੀ ਕੋਈ ਸੰਗ ਨਹੀਂ ਮੰਨੀ ਐ ਸਮਾਜ ਦੀ ਕੋਈ ਸੰਗ ਨਹੀਂ ਮੰਨੀ ਐ ਵਕਾਰ ਬਿਰਤੀ ਹੋਣ ਕਰਕੇ ਇਸਨੇ ਕੋ ਕਰਮ ਕਮਾਇਆ ਤੇ ਬਾਦਸ਼ਾਹ ਕਹਿਣ ਲੱਗੇ ਪਰ ਫਿਰ ਵੀ ਇਸਨੇ ਨਾਮ ਜਪਿਆ ਤੇ ਪ੍ਰਮਾਤਮਾ ਨੇ ਇਸ ਨੂੰ ਵੈਕੁੰਠ ਦੇ ਵਿੱਚ ਉਸ ਵੇਲੇ ਜਗਾ ਦਿੱਤੀ ਐ ਗੁਰਬਾਣੀ ਦਾ ਮਹਾਵਾਕ ਹੈ ਅਜਾਮਲ ਗਨਕਾ ਜਿਹੇ ਸਿਮਰਤ ਮੁਕਤ ਭੈ ਜੀ ਜਾਨੋ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਗਨਕਾ ਦਾ ਵੀ ਉਧਾਰ ਹੋਇਆ ਤੇ ਅਜਾਮਲ ਦਾ ਵੀ ਉਧਾਰ ਹੋਇਆ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੂੰ ਘਾਤ ਪਾਈ ਏਵੀ ਮਹਾਰਾਜ ਸਾਹਿਬ ਜੀ ਆਂ ਦੇ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸੁਨ ਸਾਖੀ ਮਨ ਜਪ ਪਿਆਰ ਅਜਾਮਲ ਉਧਰਿਆ ਕਹਿ ਏਕ ਬਾਾਰ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਅਜਾ ਮਲ ਦਾ ਭਾਈ ਉਧਾਰ ਹੋਇਆ ਜਦੋਂ ਇੱਕ ਵਾਰੀ ਉਸਨੇ ਨਰਾਇਣ ਨਰਾਇਣ ਆਖਿਆ ਉਹਦਾ ਭਲਾ ਹੋ ਗਿਆ ਅਜਾ ਮਾਲ ਕੋ ਅੰਤਕਾਲ ਨਰਾਇਣ ਸੁਧ ਆਈ ਜਾ ਗਤ ਕੋ ਜੋਗੀ ਸਰ ਬਾਸ਼ਿਤ ਸੋ ਗਤ ਛਿਨ ਮੈਂ ਪਾਈ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਜਿਸ ਪਦਵੀ ਨੂੰ ਜੋਗੀ ਲੋਕ ਲੱਭਦੇ ਨੇ ਲੱਭਦੀ ਨਹੀਂ ਹੈ ਸਬਾਧੀਆਂ ਲਾ ਲਾ ਕੇ ਚੌਂਕੜੀਆਂ ਲਾ ਲਾ ਕੇ ਜਿਹੜਾ ਸਥਾਨ ਜੋਗੀਆਂ ਨੂੰ ਨਹੀਂ ਨ ਮਿਲਿਆ ਉਹ ਸਥਾਨ ਮਿਲ ਗਿਆ ਕਹਿਣ ਲੱਗੇ ਵੀ ਇਸ ਭਗਤ ਨੂੰ ਕਹਿ ਲਈਏ ਅਜਾਮਲ ਨੂੰ ਨਾਮ ਜਪ ਕੇ ਉਹ ਜਗਾ ਮਿਲੀ ਹੈ ਅਜਾਮਲ ਪਿੰਗਲਾ ਲੁਬਦ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਸਤਰੇ ਤੂੰ ਕਿਉਂ ਨਾ ਤਰਹਿ ਰਵਦਾਸ ਰਵਦਾਸ ਭਗਤ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਐਸੇ ਪਾਪੀ ਜਿਹੜੇ ਉਹ ਸੰਸਾਰ ਤੋਂ ਤਰ ਗਏ ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਅਜਾ ਮਲ ਵਰਗਿਆਂ ਦਾ ਵੀ ਨਾਮ ਜਪ ਕੇ ਭਲਾ ਹੋਇਆ ਹੈ। ਸੋ ਆ ਪੜਾਵਤ ਗਨਕਾ ਤਰੀ ਗੁਰਮੁਖੋ ਗਨਕਾ ਨਾਮ ਦੀ ਇੱਕ ਵੇਸਵਾ ਹੋਈ ਪਹਿਲੇ ਸਮੇਂ ਅੰਦਰ ਸੋ ਇਹ ਗਨਕਾ ਵੇਸਵਾ ਜਿਹੜੀ ਆਪਣਾ ਤਨ ਵੇਚਿਆ ਕਰਦੀ ਪੈਸਿਆਂ ਕਰਕੇ। ਇੱਕ ਦਿਨ ਕੀ ਹੁੰਦਾ ਪਿਆ ਮੀਂਹ ਪੈਂਦਾ ਪਿਆ ਇੱਕ ਮਹਾਤਮਾ ਇਸ ਨਗਰ ਵਿੱਚ ਆਏ। ਬਾਰ ਕੁਝ ਲੜਕੇ ਬੈਠੇ ਸਨ ਨੌਜਵਾਨ ਮਹਾਤਮਾ ਨੇ ਪੁੱਛਿਆ ਵੀ ਇੱਥੇ ਕੋਈ ਸਾਡੇ ਵਰਗਾ ਮਹਾਤਮਾ ਹੈ ਅਸੀਂ ਉਹਦੇ ਘਰ ਵਿੱਚ ਰਹਿ ਕੇ ਰਾਤ ਕੱਟੀਏ ਤੇ ਉਹ ਜਿਹੜੇ ਲੜਕੇ ਸਨ ਉਹਨਾਂ ਨੇ ਮਸ਼ਕਰੀ ਕੀਤਾ ਮਸ਼ਕਰੀ ਕੀਤੀ ਮਖੌਲ ਕੀਤਾ ਕਹਿਣ ਲੱਗੇ ਹਾਂ ਤੁਹਾਡੇ ਵਰਗਾ ਮਹਾਤਮਾ ਇੱਕ ਸਾਡੇ ਪਿੰਡ ਵੀ ਹੈ ਘਰ ਦਾ ਰਾਹ ਦੱਸ ਦਿੱਤਾ ਵੀ ਇਸ ਤਰ੍ਹਾਂ ਮੋੜ ਤੇ ਜਾ ਕੇ ਉਸ ਦਾ ਘਰ ਹੈ ਹੁਣ ਮਹਾਤਮਾ ਜਿਹੜੇ ਆਪਣੇ ਸੁਭਾਵਿਕ ਸੁਭਾਅ ਦੇ ਮੁਤਾਬਕ ਤੁਰੇ ਗਏ ਜਦੋਂ ਇਸ ਦੇ ਘਰ ਪਹੁੰਚੇ ਤੇ ਘਰ ਦੇ ਵਿੱਚ ਪੈਰ ਪਾਉਣ ਲੱਗੇ ਦਰਵਾਜ਼ੇ ਦੇ ਅੰਦਰ ਤੇ ਉਹ ਸਮਝ ਗਿਆ ਵੀ ਇਹ ਤੇ ਵੇਸਵਾ ਦਾ ਘਰ ਹੈ ਸਾਡੇ ਨਾਲ ਉਹਨਾਂ ਲੜਕੀਆਂ ਨੇ ਮਸ਼ਕਰੀ ਕੀਤੀ ਮਜ਼ਾਕ ਕੀਤਾ ਹੈ ਜਦੋਂ ਮਹਾਤਮਾ ਵਾਪਸ ਮੁੜਨ ਲੱਗੇ ਤੇ ਇਹ ਗਣਕਾਰ ਨੇ ਭੱਜ ਕੇ ਜਾ ਕੇ ਮਹਾਤਮਾ ਦੇ ਪੈਰ ਫੜ ਲੈ ਕਹਿਣ ਲੱਗੇ ਮਹਾਂਪੁਰਖੋ ਇਸ ਦਹਲੀਜ਼ ਦੇ ਅੰਦਰ ਪਾਪੀ ਕਾਮੀ ਬਿਰਤੀ ਵਾਲੇ ਲੋਕ ਆਏ ਨੇ ਮਾੜੀ ਵਾਸ਼ਨਾ ਵਾਲੇ ਤੁਸੀਂ ਪਹਿਲੇ ਹੋ ਜਿਨ੍ਹਾਂ ਦਾ ਦਰਸ਼ਨ ਕਰਕੇ ਮੇਰੇ ਮਨ ਨੂੰ ਸ਼ਾਂਤੀ ਆਈ ਹੈ ਮਿਰਤੇ ਕਿਰਪਾ ਕਰੋ ਜੇ ਆਇਓ ਤੇ ਮੇਰਾ ਭਲਾ ਕਰ ਦਿਓ ਮਹਾਂਪੁਰਹ ਕਹਿਣ ਲੱਗੇ ਵੀ ਤੇਰੇ ਘਰ ਵਿੱਚ ਰਹਿਣਾ ਤੇ ਸਾਡੇ ਵਾਸਤੇ ਠੀਕ ਨਹੀਂ ਰਵਾਂਗੇ ਤੇ ਨਹੀਂ ਪਰ ਜੇ ਤੂੰ ਬੇਨਤੀ ਕੀਤੀ ਹੈ ਤੇਰਾ ਭਲਾ ਜ਼ਰੂਰ ਕਰਾਂਗੇ ਉਹਨਾਂ ਦੇ ਕੋਲ ਇੱਕ ਤੋਤਾ ਹੈ ਤੇ ਤੋਤਾ ਦਿੱਤਾ ਕਹਿਣ ਲੱਗੇ ਸਵੇਰੇ ਉੱਠ ਕੇ ਉਹਨੂੰ ਨਾਮ ਜਪਾਇਆ ਕਰ ਇਸ ਨੂੰ ਰਾਮ ਰਾਮ ਆਖਿਆ ਕਰ ਸਵੇਰੇ ਉੱਠ ਕੇ ਤੇਰਾ ਭਲਾ ਹੋ ਜਾਏਗਾ ਸੋ ਮਹਾਰਾਜ ਬਚਨ ਕਰਦੇ ਹੋ ਗਣ ਕਾ ਜਿਹੜੀ ਹੈ ਸਵੇਰੇ ਰੋਜ਼ ਉੱਠਦੀ ਹੈ ਸ਼ਨਾਣ ਕਰਨ ਤੋਂ ਬਾਅਦ ਵਿੱਚ ਨਾਲੇ ਰਾਮ ਰਾਮ ਕਰਦੀ ਐ ਨਾਲੇ ਤੋਤੇ ਨੂੰ ਰਾਮ ਰਾਮ ਕਰਾਉਂਦੀ ਐ ਨਾਲੇ ਚੂਰੀ ਪਾਉਂਦੀ ਐ ਕੁਝ ਸਮਾਂ ਰਾਮ ਰਾਮ ਦਾ ਨਾਮ ਜਪਿਆ ਤੇ ਉਹ ਪਾਪ ਵਾਲੀ ਬਿਰਤੀ ਜਿਹੜੀ ਸੀ ਨਾ ਵਿਚਾਰ ਖਤਮ ਹੋ ਗਈ ਹੁਣ ਆਪਣਾ ਮਾੜਾ ਕੰਮਾ ਕੰਮ ਜਿਹੜਾ ਧੰਦਾ ਸੀ ਉਹ ਛੱਡ ਦਿੱਤਾ ਰੋਜ਼ ਰਾਮ ਰਾਮ ਕਰਦੀ ਰਹਿੰਦੀ ਐ ਇੱਕ ਦਿਨ ਸਵੇਰ ਵੇਲੇ ਉੱઠી ਐ ਤੋਤੇ ਨੂੰ ਚੂਰੀ ਪਾਉਣ ਵਾਸਤੇ ਔਰ ਨਾਮ ਜਪਾਉਣ ਵਾਸਤੇ ਜਦੋਂ पिंजरा ਖੋਲ ਕੇ पिंजरे ਵਿੱਚ ਹੱਥ ਪਾਇਆ ਤੇ ਉਸ पिंजरे ਵਿੱਚ ਸੱਪ ਬੈਠਾ ਹੋਇਆ ਜਿਸ ਨੇ ਤੋਤੇ ਨੂੰ ਡੰਗ ਮਾਰ ਕੇ ਮਾਰ ਦਿੱਤਾ ਤੇ ਆਪ ਵਿੱਚ ਬੈਠਾ ਹੈ ਜਦੋਂ गणका ਵੇਸਵਾ ਨੇ पिंजरे ਵਿੱਚ ਹੱਥ ਪਾਇਆ ਤੇ ਉਹ ਸੱਪ ਨੇ ਡੰਗ ਮਾਰਿਆ ਡੰਗ ਮਾਰਨ ਦੇ ਨਾਲ ਇਸ ਦੀ ਮੌਤ ਹੋ ਗਈ ਪਰ ਮੂੰਹ ਦੇ ਵਿੱਚ ਇਹ ਜਪਦੀ ਪਈ ਸੀ ਉਸ ਵੇਲੇ ਰਾਮ 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 ਤੜਕੇ ਦਾ ਨਿਤਨੇਮ ਇਸ ਦਾ ਬਣਿਆ ਹੋਇਆ ਮਹਾਰਾਜ ਕਹਿਣ ਲੱਗੇ ਸੂਆ ਪੜਾਵਤ ਗਣਕਾ ਤਰੀ ਸੂਆ ਨਾਮ ਤੋਤੇ ਦਾ ਹੈ ਵੀ ਤੋਤੇ ਨੂੰ ਪੜਾਉਂਦਿਆਂ ਹੋਇਆ ਤੋਤੇ ਨੂੰ ਆਖਦੀ ਆ ਰਾਮ ਕਹਿ ਰਾਮ ਕਹਿ ਐਨੇ ਚਿਰ ਨੂੰ ਸੱਪ ਨੇ ਡੰਗ ਮਾਰਿਆ ਤੇ ਮਰ ਗਏ ਪਰ ਉਹ ਰਾਮ ਰਾਮ ਦਾ ਨਾਮ ਮੂੰਹ ਦੇ ਵਿੱਚ ਹੈ ਤੇ ਪਾਤਸ਼ਾਹ ਕਹਿਣ ਲੱਗੇ ਤਰੀ ਤਰ ਗਈ ਡੁੱਬੀ ਨਹੀਂ ਹੈ ਗਣਕਾ ਬੈਕੁੰਠ ਦੀ ਪ੍ਰਾਪਤੀ ਵਾਲੀ ਹੋਈ ਹੈ ਮਹਾਰਾਜ ਨੇ ਬਾਣੀ ਵਿੱਚ ਬਚਨ ਲਿਖਿਆ ਗਣਕਾ ਉਦਰੀ ਹਰ ਕਹਿ ਤੋਤ ਕੋਈ ਬੰਦਾ ਇਸ ਗੱਲ ਨੂੰ ਝੁਠਲਾ ਨਹੀਂ ਸਕਦਾ ਹੈ ਗਣਕਾ ਉਦਰੀ ਉਸ ਦਾ ਉਧਾਰ ਹੋਇਆ ਹੈ ਗਣਕਾ ਪਾਪਨ ਹੋਏ ਕੈ ਪਾਪਾਂ ਦਾ ਗਲਹਾਰ ਪੁਰੋਤਾ ਮਹਾਪੁਰਖ ਆਚਾਨ ਚੱਕ ਗਣਕਾ ਵਾੜੇ ਆਏ ਖਲੂਤਾ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਵੀ ਇੱਕ ਮਹਾਪੁਰਖ ਚਾਂਦ ਚੱਕ ਹੀ ਆ ਗਿਆ ਔਰ ਮਹਾਪੁਰਖ ਬਿਨਾ ਦੱਸੇ ਤੋਂ ਆਇਆ ਆ ਕੇ ਖੜ ਗਿਆ ਦੁਰਮਤ ਦੇਖ ਦਿਆਲ ਹੋਏ ਜਦੋਂ ਵੇਸਵਾਰ ਨੇ ਭੱਜ ਕੇ ਪੈਰ ਫੜੇ ਨਾ ਮਹਾਪੁਰਖੋ ਕਿਰਪਾ ਕਰੋ ਤਿਉਹ ਦਿਆਲੂ ਹੋ ਗਿਆ ਵੀ ਚਲੋ ਇਹਦਾ ਪਾਪਨ ਦਾ ਵੀ ਭਲਾ ਕਰਨਾ ਚਾਹੀਦਾ ਹੈ ਦੇ ਆਲ ਹੋਏ ਹੱਥੋਂ ਉਸ ਨੂੰ ਦਿੱਤੋਂ ਤੋਤਾ ਕਹਿਣ ਲੱਗੇ ਹੱਥੋਂ ਤੋਤਾ ਦਿੱਤਾ ਵੀ ਲੈ ਆ ਤੋਤੇ ਨੂੰ ਭਾਈ ਤੂੰ ਆਪਣੇ ਕੋਲ ਰੱਖ ਰਾਮਨਾਮ ਉਪਦੇਸ਼ ਕਰ ਉਪਦੇਸ਼ ਇਹ ਦਿੱਤਾ ਵੀ ਰਾਮ-ਰਾਮ ਦਾ ਨਾਮ ਜਪਾਇਆ ਕਰ ਇਹ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਰਾਮ-ਰਾਮ ਉਸ ਨੂੰ ਕਿਹਾ ਵੀ ਇਸ ਨੂੰ ਕਰਾਇਆ ਕਰ ਤੋਤੇ ਨੂੰ ਔਰ ਖੇਲ ਗਿਆ ਦੇ ਬਣਜ ਅਸੋਤਾ ਲੱਗੀ ਤੇ ਇਸ ਤੋਤੇ ਉਹ ਤੋਤੇ ਨੂੰ ਨਾਮ ਜਪਉਂਦੇ ਆ ਗਣਕਾ ਦੀ ਆਪਣੀ ਲਿਬ ਵੀ ਲੱਗੀ ਧਿਆਨ ਜੋੜੀ ਗਿਆ ਰੱਬ ਦੇ ਨਾਲ ਨਿਤ ਪੜਾਏ ਕਰੇ ਅਸੋਤਾ ਸੋ ਕਹਿਣ ਲੱਗੇ ਇਸੇ ਤਰ੍ਹਾਂ ਅੰਤਕਾਲ ਜਮ ਤੋਂ ਜਮ ਤੋੜ ਕੇ ਕੈ ਨਰਕਾ ਵਿੱਚ ਨਾ ਖਾਸ ਗੋਤਾ ਰੱਬ ਦਾ ਨਾਮ ਜਪ ਕੇ ਉਸ ਦਾ ਭਲਾ ਹੋਇਆ ਨਰਕਾ ਵਿੱਚ ਨਹੀਂ ਪਈ ਹੈ ਇਸ ਤਰ੍ਹਾਂ ਭਾਈ ਨਾਮ ਜਪ ਕੇ ਗਣਕਾ ਵਰਗੀ ਵਿਸਵਾਦਾ ਵੀ ਉਧਾਰ ਹੋ ਗਿਆ ਹੈ। ਸੋ ਹਰਨਨ ਹੋ ਕੀ ਪੁੱਤਰੀ ਉਹ ਜੋ ਪ੍ਰਮਾਤਮਾ ਦਾ ਨਾਮ ਹੈ ਭਾਈ ਉਹ ਮੈਨੂੰ ਇਸ ਤਰ੍ਹਾਂ ਹੈ ਜਿਵੇਂ ਅੱਖਾਂ ਦੀਆਂ ਪੁਤਲੀਆਂ ਹੁੰਦੀਆਂ ਸਾਡੀਆਂ ਅੱਖਾਂ ਦੇ ਵਿੱਚ ਧੀਰੀਆਂ ਨੇ ਨਾ ਤੇ ਜੇ ਅੱਖਾਂ ਸਾਡੀਆਂ ਨੂੰ ਕੋਈ ਕਿਸੇ ਪਾਸਿਓਂ ਕੋਈ ਡਰ ਲੱਗੇ ਤੇ ਅਸੀਂ ਉਸੇ ਵੇਲੇ ਪਲਕਾਂ ਬੰਦ ਕਰ ਲੈਂਦੇ। ਤੇ ਆਪਣੀਆਂ ਅੱਖਾਂ ਦੀਆਂ ਧੀਰੀਆਂ ਨੂੰ ਐ ਬੜਾ ਸੰਭਾਲ ਕੇ ਰੱਖੀਦਾ ਵੀ ਇਹਦੇ ਵਿੱਚ ਕਟਾ ਮਿੱਟੀ ਨਾ ਪਵੇ ਸਾਡੀਆਂ ਅੱਖਾਂ ਦਾ ਨੁਕਸਾਨ ਕੋਈ ਨਾ ਹੋਵੇ ਭਗਤ ਨਾਮਦੇਵ ਜੀ ਕਹਿਣ ਲੱਗੇ ਪ੍ਰਮਾਤਮਾ ਦਾ ਨਾਮ ਮੈਨੂੰ ਇਸ ਤਰ੍ਹਾਂ ਪਿਆਰਾ ਹੈ ਜਿਵੇਂ ਹਰੇਕ ਮਨੁੱਖ ਨੂੰ ਆਪਣੀਆਂ ਅੱਖਾਂ ਦੀਆਂ ਧੀਰੀਆਂ ਅੱਖਾਂ ਦੀਆਂ ਪੁਤਲੀਆਂ ਜਿਹੜੀਆਂ ਪਿਆਰੀਆਂ ਹੁੰਦੀਆਂ ਇਸ ਤਰ੍ਹਾਂ ਮੈਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਹੈ ਹਰ ਹਰ ਕਰਤ ਪੂਤਨਾ ਤਰੀ ਪੂਤਨਾ ਨਾਮ ਦੀ ਇੱਕ ਦਾਈ ਹੋਈ ਗੁਰਮਖੋ ਦੁਆਪਰ ਯੁਗ ਦੇ ਵਿੱਚ ਮਹਾਰਾਜ ਦਾ ਨਾਮ ਲੈ ਕੇ ਇਸ ਦਾ ਵੀ ਭਲਾ ਹੋਇਆ ਕੰਸ ਨਾਮ ਦਾ ਇੱਕ ਰਾਜਾ ਹੋਇਆ ਜਦੋਂ ਉਸ ਨੂੰ ਇਹ ਆਕਾਸ਼ਵਾਣੀ ਹੋਈ ਨਾ ਆਕਾਸ਼ ਦੇ ਵਿੱਚੋਂ ਆਵਾਜ਼ ਆਈ ਵੀ ਜਿਸ ਨੇ ਤੇਰਾ ਅੰਤ ਕਰਨਾ ਉਹ ਦੁਨੀਆ ਤੇ ਪੈਦਾ ਹੋ ਚੁੱਕਾ ਹੈ ਇਹ ਇਸ ਕਾਂਸ ਨੇ ਫਿਰ ਉਸ ਬੱਚੇ ਨੂੰ ਮਾਰਨ ਵਾਸਤੇ ਬੜੇ ਯਤਨ ਕੀਤੇ ਜਦੋਂ ਕੋਈ ਯਤਨ ਕਾਮਯਾਬ ਨਾ ਹੋਇਆ ਤੇ ਕਪੂਤਨਾ ਨਾਮ ਦੀ ਦਾਈ ਲੱਭ ਕੇ ਲਿਆਂਦੀ ਦਾਈ ਨੂੰ ਆਖਿਆ ਤੈਨੂੰ ਵੱਡਾ ਇਨਾਮ ਦੇਵਾਂਗਾ ਪਰ ਤੂੰ ਦੁੱਧ ਪਿਲਾਉਣ ਦੇ ਬਹਾਨੇ ਇਸ ਬੱਚੇ ਨੂੰ ਮਾਰ ਦੇਣਾ ਕਰ ਇਹ ਪੂਤਨਾ ਗੁਰਮੁਖੋ ਬੜੀ ਵੱਡੀ ਪਾਪਨ ਹੈ ਇਸ ਨੇ ਆਪਣੇ ਦੁੱਧ ਪਿਲਾਉਣ ਦੇ ਬਹਾਨੇ ਨਾਲ ਦਾਈ ਪੁਣੇ ਦਾ ਕੰਮ ਕਰਦੀ ਹੈ ਦਾਈ ਬਣ ਕੇ ਦੁੱਧ ਦਾ ਬਹਾਨਾ ਲਾ ਕੇ ਆਪਣੇ ਸਰੀਰ ਦੇ ਨਾਲ ਜ਼ਹਿਰ ਲਾ ਲੈਂਦੀ ਐ ਤੇ ਬੱਚਿਆਂ ਨੂੰ ਦੁੱਧ ਪਲਾਉਂਦੀ ਐ ਤੇ ਇਸ ਨੇ ਕਈ ਬੱਚੇ ਮਾਰ ਦਿੱਤੇ ਕਈ ਬੱਚੇ ਮਾਰਨ ਤੋਂ ਮਗਰੋਂ ਚਲਦੀ ਚਲਦੀ ਜਦੋਂ ਭਗਵਾਨ ਕ੍ਰਿਸ਼ਨ ਜੀਆਂ ਦੇ ਘਰ ਵਿੱਚ ਆਈ ਉੱਥੇ ਆ ਕੇ ਭਗਵਾਨ ਜੀਆਂ ਦੀ ਮਾਤਾ ਜੋ ਹੈ ਉਹਨਾਂ ਦਾ ਨਾਮ ਜਿਸ਼ੋਦਾ ਜੀ ਹੈ ਜਿਸ਼ੋਦਾ ਜੀ ਨੂੰ ਆਖਿਆ ਵੀ ਜਿਹੜਾ ਬੱਚਾ ਮੇਰਾ ਦੁੱਧ ਪੀਵੇ ਉਹ ਪਾਦਸ਼ਾਹ ਬਣਦਾ ਹੈ ਉਹ ਰਾਜਾ ਬਣ ਜਾਂਦਾ ਹੈ ਉਹਨਾਂ ਹਰੇਕ ਮਾਂ ਚਾਹੁੰਦੀ ਹੈ ਅਭੀ ਮੇਰਾ ਪੁੱਤਰ ਰਾਜਾ ਬਣੇ ਪਾਤਸ਼ਾਹ ਬਣੇ ਉਸ ਵੇਲੇ ਜਿਸ਼ੂਦਾ ਜੀ ਦੇ ਕੋਲੋਂ ਇਸ ਪੂਤਨਾ ਨਾਮ ਦੀ ਦਾਈ ਨੇ ਭਗਵਾਨ ਕ੍ਰਿਸ਼ਨ ਜੀ ਆਨੂੰ ਆਪਣੀ ਗੋਦੀ ਵਿੱਚ ਲੈ ਲਿਆ ਆਪਣੇ ਸਰੀਰ ਨੂੰ ਜ਼ਹਿਰ ਲਾਇਆ ਹੋਇਆ ਤਾਂ ਕਿ ਦੁੱਧ ਪੀਵੇਗਾ ਜ਼ਹਿਰ ਚੜੇਗਾ ਤੇ ਉਸ ਵੇਲੇ ਮਰ ਜਾਣਗੇ ਜਦੋਂ ਇਸ ਤਰ੍ਹਾਂ ਦੀ ਇਹ ਬਿਰਤੀ ਲੈ ਕੇ ਭਗਵਾਨ ਕ੍ਰਿਸ਼ਨ ਜੀ ਆਨੂੰ ਮਾਰਨ ਵਾਸਤੇ ਆਈ ਤੇ ਕਹਿਣ ਲੱਗੀ ਉਸ ਵੇਲੇ ਭਗਵਾਨ ਜੀ ਆ ਨੇ ਇਸ ਨੂੰ ਫੜ ਲਿਆ ਗੋ ਤੇ ਫੜ ਕੇ ਤੇ ਇਸ ਦੀ ਜਾਨ ਕੱਢ ਦਿੱਤੀ। ਪੂਤਨਾ ਆਈ ਤੇ ਮਾਰਨ ਵਾਸਤੇ ਐ ਪਰ ਆਪ ਮਰ ਗਈ। ਜਦੋਂ ਇਸ ਨੂੰ ਮਾਰਨ ਵਾਸਤੇ ਭਗਵਾਨ ਜੀਆ ਨੇ ਇਸ ਨੂੰ ਘੁੱਟਿਆ ਫੜ ਕੇ ਆਪਣੇ ਹੱਥਾਂ ਦੇ ਨਾਲ ਤੇ ਉਹ ਬਚਨ ਆਉਂਦੇ ਨੇ ਕਹਿਣ ਲੱਗੇ ਆਈ ਪਾਪਨ ਪੂਤਨਾ ਦੋਹੀ ਥਣੀ ਵਿਹੁ ਲਾਏ ਬਹਿਲੀ ਆਪਣੇ ਸਰੀਰ ਨੂੰ ਵਿਹੁ ਲਾ ਕੇ ਜ਼ਹਿਰ ਲਾ ਕੇ ਪੂਤਨਾ ਆ ਗਈ। ਆਈ ਬੈਠੀ ਪਰਿਵਾਰ ਵਿੱਚ ਜਿੱਥੇ ਭਗਵਾਨ ਕ੍ਰਿਸ਼ਨ ਜੀ ਦਾ ਪਰਿਵਾਰ ਬੈਠਾ ਉੱਥੇ ਬੈਠ ਗਈ ਆ ਕੇ। ਤੇ ਨੇਹੋ ਲਾਏ ਨਵਹਾਨ ਨਵੇਲੀ ਬੜਾ ਬੀਬੀਆਂ ਨਾਲ ਗੱਲਾਂ ਬਾਤਾਂ ਕਰਕੇ ਇਸ ਨੇ ਉਸ ਵੇਲੇ ਸਾਰਿਆਂ ਨੂੰ ਆਪਣੇ ਵਸ ਵਿੱਚ ਕਰ ਲਿਆ ਸਾਰੇ ਇਸ ਨੂੰ ਕਹਿਣ ਵੀ ਇਹ ਬੜੀ ਚੰਗੀ ਔਰਤ ਆਈ ਹੈ ਸਾਰਿਆਂ ਨਾਲ ਪ੍ਰੇਮ ਬਣਾ ਕੇ ਬੈਠ ਗਈ ਕੁਛੜ ਲੈ ਗੋਬਿੰਦ ਰਾਏ ਗੋਬਿੰਦ ਨਾਮ ਭਗਵਾਨ ਕ੍ਰਿਸ਼ਨ ਜੀ ਦਾ ਹੈ ਭਗਵਾਨ ਕ੍ਰਿਸ਼ਨ ਜੀ ਨੂੰ ਆਪਣੇ ਕੁਛੜ ਲੈ ਲਿਆ ਗੋਦੀ ਵਿੱਚ ਲੈ ਲਿਆ ਕਰ ਚੇਟਕ ਚਤੁਰੰਗ ਮਹੇਲੀ ਚੇਟਕ ਤੋਂ ਭਾਵ ਜਾਦੂ ਕਰਨਾ ਚਾਹੁੰਦੀ ਹੈ ਬੜੀ ਚੁਲਾਕੀ ਦੇ ਨਾਲ ਆਪਣੇ ਸਰੀਰ ਨੂੰ ਜ਼ਹਿਰ ਲਾ ਕੇ ਤੇ ਮਾਰਨਾ ਚਾਹੁੰਦੀ ਹੈ 모ਹਨ ਮੰਮੇ ਪਾਇੋਂ ਨ ਬਾਹਰ ਗਈ ਗਰਬਗਹੇਲੀ ਜਦੋਂ ਭਗਵਾਨ ਜੀ ਨੂੰ ਦੁੱਧ ਪਿਲਾਉਣ ਲੱਗੀ ਹੈ ਉਹਨਾਂ ਨੇ ਪਹਿਲਾਂ ਹੀ ਇਸ ਨੂੰ ਅੱਗੋਂ ਫੜ ਕੇ ਇਸ ਦੀ ਜਾਨ ਕੱਢ ਦਿੱਤੀ ਜਦੋਂ ਜਾਨ ਨਿਕਲਦੀ ਪਈ ਹੈ ਉਦੋਂ ਇਹਦੇ ਮੂੰਹ ਦੇ ਵਿੱਚੋਂ ਨਿਕਲਿਆ ਵੀ ਹਾਏ ਹਰੀ ਮੈਨੂੰ ਛੱਡ ਦੇ ਹਰੀ ਮੈਨੂੰ ਛੱਡ ਦੇ ਮੂੰਹ ਦੇ ਵਿੱਚ ਹਰੀ ਦਾ ਨਾਮ ਹੈ ਪਰਮਾਤਮਾ ਦਾ ਨਾਮ ਜਦੋਂ ਲਿਆ ਭਗਵਾਨ ਕ੍ਰਿਸ਼ਨ ਜੀਆਂ ਨੂੰ ਬੇਨਤੀ ਕਰਦੀ ਐ ਕਿ ਮੈਨੂੰ ਛੱਡ ਦੇਣਾ ਕਰੋ ਮੈਨੂੰ ਛੱਡ ਦੇਣਾ ਕਰੋ ਤੇ ਉਸ ਵੇਲੇ ਕਹਿਣ ਲੱਗੇ ਪਰਮਾਤਮਾ ਦਾ ਨਾਮ ਮੂੰਹ ਦੇ ਵਿੱਚ ਹੋਣ ਕਰਕੇ ਇਸ ਦਾ ਭਲਾ ਹੋ ਗਿਆ ਇਹ ਜਿਹੜੀ ਪੂਤਨਾ ਨਾਮ ਦੀ ਦਾਈ ਸੀ ਸੋ ਇਸ ਨੂੰ ਵੀ ਮਹਾਰਾਜ ਨੇ ਬਖਸ਼ਿਆ ਹੈ ਸੋ ਬਚਨ ਆ ਗਿਆ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਪਾਪ ਕਰੇ ਬਹੁ ਪੂਤਨਾ ਪੂਤਨਾ ਨੇ ਬੜੇ ਪਾਪ ਕੀਤੇ ਜਾਸੋ ਨਰਕ ਡਸਾਏ ਜਿਹਨੂੰ ਨਰਕ ਦੇ ਵਿੱਚ ਪੈਣਾ ਸੀ ਪਾਪ ਕਰਕੇ ਅੰਤ ਕਹੋ ਹਰ ਛਾੜਦਾ ਦਸਵੇਂ ਪਾਤਸ਼ਾਹ ਨੇ ਲਿਖਿਆ ਦਸਮ ਗ੍ਰੰਥ ਵਿੱਚ ਅੰਤ ਕਹੋ ਹਰ ਛਾੜਦਾ ਜਦੋਂ ਜਾਨ ਨਿਕਲਣ ਲੱਗੀ ਤੇ ਉਸ ਵੇਲੇ ਪੂਤਨਾ ਨੇ ਆਖਿਆ ਹੇ ਹਰੀ ਮੈਨੂੰ ਛੱਡ ਦੇ ਹਰੀ ਮੈਨੂੰ ਛੱਡ ਦੇ ਬਸੀਬਕੁੰਠ ਹੈ ਉਸ ਵੇਲੇ ਜਾਏ ਬਕੁੰਠ ਵੇ ਚਲੇ ਗਈ ਕਿਉਂਕਿ ਮਰਨ ਵੇਲੇ ਰੱਬ ਦਾ ਨਾਮ ਉਹ ਨਿਕਲਿਆ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦ ਤਰਲੋਚਨ ਤੇ ਨਨ ਮੁਕਤਾ ਪੀਤੰਬਰ ਵਕੈ ਹਿਰਦੈ ਬਸੈ ਗੁਰਬਾਣੀ ਵਿੱਚ ਭਗਤਾ ਨੇ ਲਿਖਿਆ ਮਰਨ ਵੇਲੇ ਵੀ ਜੇ ਰੱਬ ਦਾ ਨਾਮ ਮੂੰਹੋਂ ਨਿਕਲਿਆ ਤੇ ਉਹ ਜਨਮਾਂ ਵਿੱਚ ਨਹੀਂ ਜਾਵੇਗਾ ਬੈਕੁੰਠ ਨੂੰ ਚਲਾ ਜਾਏਗਾ ਜਿਵੇਂ ਇਹ ਬੱਚਿਆਂ ਨੂੰ ਮਾਰਨ ਵਾਲੀ ਪੂਤਨਾ ਹੈ ਹੈ ਤੇ ਪਾਪਨ ਹੈ ਪਰ ਮੂੰਹੋਂ ਰੱਬ ਦਾ ਨਾਮ ਨਿਕਲਿਆ ਜਾਨ ਨਿਕਲਣ ਵੇਲੇ ਬੈਕੁੰਠ धाम ਦੀ ਪ੍ਰਾਪਤੀ ਹੋਈ ਹੈ ਇਸੇ ਤਰ੍ਹਾਂ ਗੁਰਮਖੋ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਾਰਨ ਵਾਸਤੇ 100 ਰੁਪਿਆ ਦੇ ਕੇ ਪ੍ਰਿਥੀ ਚੰਦ ਨੇ ਵੀ ਇੱਕ ਦਾਈ ਨੂੰ ਭੇਜਿਆ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਾਰ ਦਿਓ ਇਹ ਦਾਈ ਵੀ ਆਈ ਹੈ ਬਡਾਲੀ ਦੇ ਨਗਰ ਦੇ ਵਿੱਚ ਮਾਤਾ ਗੰਗਾ ਜੀਆ ਦੇ ਕੋਲੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਆਪਣੇ ਕੋਲ ਲੈ ਕੇ ਜਿਸ ਵੇਲੇ ਦੁੱਧ ਪਲਾਉਣ ਦਾ ਬਹਾਨਾ ਤੇ ਸ਼ਰੀਰ ਨੂੰ ਯਹਰ ਲਾਇਆ ਹੋਇਆ ਮਾਰਨ ਲੱਗੀ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਇੱਕ ਹੱਥ ਵਿੱਚ ਇਸ ਦੀ ਗੁੱਤ ਫੜੀ ਐ ਇੱਕ ਹੱਥ ਵਿੱਚ ਇਸ ਨੂੰ ਫੜ ਕੇ ਉਸ ਵੇਲੇ ਘੁੱਟ ਕੇ ਇਸ ਦੀ ਜਾਨ ਕੱਢ ਦਿੱਤੀ ਇਸ ਤਰ੍ਹਾਂ ਦੀ ਇੱਕ ਪਾਪਨ ਦਾਈ ਜਿਹੜੀ ਐ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਾਰਨ ਵਾਸਤੇ ਆ ਗਈ ਪਰ ਸਤਗੁਰਾਂ ਨੇ ਇਹਦੇ ਪ੍ਰਾਨ ਕੱਢ ਦਿੱਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਦੇ ਪਾਪੀ ਵੀ ਦੁਨੀਆ ਵਿੱਚ ਭਾਈ ਹੋਏ ਅਸੀਂ ਤੇ ਆਖਦੇ ਨਾ ਵੀ ਆਮ ਬੰਦੇ ਨੂੰ ਮਾਰਿਆ ਦੁਨੀਆ ਵਿੱਚ ਰੱਬ ਨੂੰ ਮਾਰਨ ਵਾਲੇ ਵੀ ਆਏ ਇਹੋ ਜਿਹੇ ਪਾਪੀ ਵੱਡੇ ਵੱਡੇ ਹੋਏ ਜਿਹੜੇ ਨਹੀਂ ਚਾਹੁੰਦੇ ਕਿ ਭਗਵਾਨ ਕ੍ਰਿਸ਼ਨ ਜੀ ਦੁਨੀਆ ਵਿੱਚ ਰਹਿਣ ਜਿਹੜੇ ਨਹੀਂ ਚਾਹੁੰਦੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਦੁਨੀਆ ਵਿੱਚ ਰਹਿਣ ਇਹੋ ਜਿਹੇ ਪਾਪੀ ਆ ਕੇ ਮਾਰਨਾ ਚਾਹੁੰਦੇ ਪਰ ਸਮੇਂ ਦੇ அவਤਾਰਾਂ ਨੇ ਉਹਨਾਂ ਨੂੰ ਹੀ ਮਾਰ ਦਿੱਤਾ ਬਲਕਿ ਕੱਲਾ ਮਾਰਿਆ ਨਹੀਂ ਉਹਨਾਂ ਦਾ ਭਲਾ ਵੀ ਨਾਲ ਹੀ ਕਰ ਦਿੱਤਾ ਹੈ ਐਸੀ ਬਖਸ਼ਿਸ਼ ਹੁੰਦੀ ਹੈ। ਬਾਲ ਘਾਤਨੀ ਕਪਟ ਭਰੀ ਕਹਿਣ ਲੱਗੇ ਇਹ ਬਾਲ ਜਿਹੜੇ ਬੱਚੇ ਹਨ ਉਹਨਾਂ ਨੂੰ ਘਾਤ ਕਰਨ ਵਾਲੀ ਹੈ, ਨਾਸ ਕਰਨ ਵਾਲੀ ਤੇ ਕਪਟ ਦੀ ਭਰੀ ਹੋਈ ਇਹ ਜੋ ਪੂਤਨਾ ਹੈ ਇਸ ਦਾ ਭਗਵਾਨ ਜੀ ਨੇ ਭਲਾ ਕਰ ਦਿੱਤਾ ਹੈ। ਸਿਮਰਨ ਦ੍ਰੋਪਦ ਸੁਤ ਉਦਰੀ ਅਗਲੀ ਉਦਾਹਰਨ ਦਿੰਦੇ ਨੇ ਕਹਿਣ ਲੱਗੇ ਦ੍ਰੋਪਤ ਨਾਮ ਦਾ ਇੱਕ ਰਾਜਾ ਹੋਇਆ ਪਹਿਲੇ ਸਮੇਂ ਅੰਦਰ ਦੁਆਪਰ ਯੁੱਗ ਦੇ ਵਿੱਚ ਉਸ ਰਾਜੇ ਦੀ ਇੱਕ ਪੁੱਤਰੀ ਹੈ ਉਹਦਾ ਨਾਮ ਰੱਖਿਆ ਗਿਆ ਦ੍ਰੋਪਤੀ ਦ੍ਰੋਪਤੀ ਨੇ ਜਿਸ ਵੇਲੇ ਸਿਮਰਨ ਕੀਤਾ ਯਾਦ ਕੀਤਾ ਤੇ ਕਹਿਣ ਲੱਗੇ ਫਿਰ ਉਹਦਾ ਵੀ ਭਲਾ ਹੋਇਆ ਹੈ ਇੱਕ ਸਮਾਂ ਆਇਆ ਜਦੋਂ ਕੌਰਵਾਂ ਤੇ ਪਾਂਡਵਾਂ ਨੇ ਮਿਲ ਕੇ ਜੂਆ ਖੇਡਿਆ ਤੇ ਜੂਏ ਦੇ ਵਿੱਚ ਜਿਹੜੇ ਪਾਂਡਵ ਸਨ ਉਹ ਆਪਣੀ ਸਾਰੀ ਫੌਜ ਜਿਹੜੀ ਦਾਤੇ ਲਾ ਕੇ ਸਾਰੀ ਫੌਜ ਪਹਿਲਾਂ ਹਾਰ ਗਿਆ ਫੌਜ ਹਾਰਨ ਤੋਂ ਬਾਅਦ ਵਿੱਚ ਜਿਹੜਾ ਯੁਦਿਸ਼thਿਰ ਨਾਮ ਦਾ ਰਾਜਾ ਉਸਨੇ ਆਪਣੇ ਸਾਰੇ ਭਰਾ ਵੀ ਜੂਏ ਦੇ ਦਾਅ ਤੇ ਲਾ ਦਿੱਤੇ ਸਾਰੇ ਭਰਾ ਵੀ ਹਾਰ ਗਿਆ ਭਰਾ ਹਾਰਨ ਤੋਂ ਬਾਅਦ ਵਿੱਚ ਫਿਰ ਆਪਣੀ ਘਰ ਵਾਲੀ ਦ੍ਰੋਪਤੀ ਵੀ ਦਾਅ ਤੇ ਲਾ ਦਿੱਤੇ ਤੇ ਜਦ ਜੂਆ ਖੇਡਿਆ ਤੇ ਦ੍ਰੋਪਤੀ ਵੀ ਉਸ ਦਾਅ ਦੇ ਵਿੱਚ ਹਾਰ ਗਿਆ ਉਸ ਵੇਲੇ ਦਰਯੋਧਨ ਨੇ ਆਪਣੇ ਭਰਾ ਨੂੰ ਆਖਿਆ ਕਿ ਜਾਓ ਜਾ ਕੇ ਹੁਣ ਇਹ ਜਿਹੜੀ ਦ੍ਰੋਪਤੀ ਹੈ ਇਹ ਆਪਣੇ ਕੋਲ ਹਾਰ ਚੁੱਕੇ ਨੇ ਉਹ ਆਪਣੀ ਹੋ ਚੁੱਕੀ ਹੈ ਮੱਥੇਵਾਲ ਦ੍ਰੋਪਤਾ ਆਂਦੀ ਮੱਥੇ ਦੇ ਵਾਲਾਂ ਤੋਂ ਫੜ ਕੇ ਜਦੋਂ ਸੁਨੇਹਾ ਭੇਜਿਆ ਨਾ ਸਭਾ ਦੇ ਵਿੱਚੋਂ ਵੀ ਦ੍ਰੋਪਦੀ ਐ ਸਭਾ ਵਿੱਚ ਆਵੇ ਦ੍ਰੋਪਦੀ ਨੇ ਨਾ ਕਰ ਦਿੱਤੀ ਵੀ ਬੰਦਿਆਂ ਦੀ ਸਭਾ ਵਿੱਚ ਮੈਂ ਕੀ ਲੈਣ ਜਾਣਾ ਹੈ ਉਸ ਵੇਲੇ ਕਹਿੰਦੇ ਦ੍ਰੋਪਦੀ ਨੇ ਕਿਸੇ ਇਸ਼ਨਾਨ ਕੀਤਾ ਹੋਇਆ ਤੇ ਆਪਣੇ ਮਹਿਲ ਵਿੱਚ ਬੈਠੀ ਐ ਨਾ ਆਉਣ ਦਾ ਸੁਣ ਕੇ ਉਸ ਵੇਲੇ ਫਿਰ ਇਸ ਦੇ ਮੱਥੇ ਦੇ ਸਿਰ ਦੇ ਵਾਲਾਂ ਤੋਂ ਫੜ ਕੇ ਜਿਵੇਂ ਆਪਾਂ ਕਿਸੇ ਨੂੰ ਕਸੀਟ ਕੇ ਲੈ ਕੇ ਆਉਨੇ ਨਾ ਖਿੱਚ ਕੇ ਲੈ ਕੇ ਆਉਂਦੇ ਆਂ ਇਸ ਤਰ੍ਹਾਂ ਦੁਸ਼ਾਸ਼ਣ ਨਾਮ ਦਾ ਇੱਕ ਵਿਅਕਤੀ ਹੋਇਆ ਜਿਹੜਾ ਦੁਰਯੋਧਨ ਦਾ ਭਰਾ ਸੀ ਦੁਸ਼ਾਸ਼ਣ ਦੁਸ਼ਾਸ਼ਣ ਨੇ ਫਿਰ ਦ੍ਰੋਪਤੀ ਨੂੰ ਸਿਰ ਦੇ ਵਾਲਾ ਤੋਂ ਫੜ ਕੇ ਕਸੀਟ ਕੇ ਖਿੱਚ ਕੇ ਲੈ ਕੇ ਆਂਦਾ ਸਭਾ ਦੇ ਵਿੱਚ ਜਦੋਂ ਸਭਾ ਦੇ ਵਿੱਚ ਲਿਆਂਦਾ ਗਿਆ ਸਭਾ ਵਿੱਚ ਆਈ ਦ੍ਰੋਪਤੀ ਨੂੰ ਵੇਖ ਕੇ ਦੁਰਯੋਧਨ ਨੇ ਹੁਕਮ ਦਿੱਤਾ ਵੀ ਇਸ ਦੇ ਕੱਪੜੇ ਉਤਾਰੇ ਜਾ ਇਸ ਨੇ ਮੇਰੀ ਬੇਇੱਜ਼ਤੀ ਕੀਤੀ ਹੈ ਮੈਂ ਇਸ ਦੀ ਬੇਇੱਜ਼ਤੀ ਕਰਾਂਗਾ ਦ੍ਰੋਪਦੀ ਨੇ ਬੜੇ ਤਰਲੇ ਕੀਤੇ ਆਪਣੇ ਪਤੀਆਂ ਨੂੰ ਵੀ ਆਖਿਆ ਪਾਂਡਵਾ ਨੂੰ ਮੇਰੀ ਇੱਜ਼ਤ ਦੀ ਰਾਖੀ ਕਰੋ ਪਰ ਕੋਈ ਵੀ ਉਸ ਵੇਲੇ ਨਹੀਂ ਬੋੜਿਆ ਹੈ ਫਿਰ ਹੱਥ ਜੋੜ ਕੇ ਉਸ ਵੇਲੇ ਨੈਤਰ ਬੰਦ ਕਰਕੇ ਪਰਮੇਸ਼ਰ ਨੂੰ ਚੇਤੇ ਕੀਤਾ ਆਕਾਲਪੁਰਖ ਤੇਰੇ ਬਿਨਾ ਹੁਣ ਕੋਈ ਰੱਖਿਆ ਨਹੀਂ ਕਰ ਸਕਦਾ ਹੈ ਦੁਨੀਆਂ ਦੇ ਲੋਕ ਤੇ ਝੂਠੇ ਨੇ ਇਹਨਾਂ ਦੇ ਆਸਰੇ ਵੀ ਝੂਠੇ ਪਰ ਤੇਰਾ ਇੱਕ ਆਸਰਾ ਸੱਚਾ ਹੈ ਮੇਰੇ ਤੇ ਕਿਰਪਾ ਕਰੋ ਜਦੋਂ ਇਸ ਤਰ੍ਹਾਂ ਯਾਦ ਕੀਤਾ ਭਗਵਾਨ ਕ੍ਰਿਸ਼ਨ ਜੀਆ ਨੇ ਉਸ ਵੇਲੇ ਪ੍ਰਗਟ ਹੋ ਕੇ ਇੱਕ ਪਾਸੇ ਦੁਸ਼ਾਸ਼ਨ ਸਾੜੀ ਉਤਾਰਦਾ ਪਿਆ ਹੈ ਦੂਸਰੇ ਪਾਸੇ ਭਗਵਾਨ ਜੀ ਗੁਪਤ ਰੂਪ ਦੇ ਵਿੱਚ ਉਸ ਨੂੰ ਸਾੜੀ ਦੀ ਐਸੀ ਬਖਸ਼ਿਸ਼ ਕੀਤੀ ਹੈ ਸਾੜੀ ਉਤਾਰਨ ਵਾਲੇ ਕੱਪੜਾ ਉਤਾਰਨ ਵਾਲੇ ਉਤਾਰ-ਉਤਾਰ ਕੇ ਥੱਕ ਗਿਆ ਢੇਰ ਲੱਗ ਗਿਆ ਕੱਪੜਿਆਂ ਦੇ ਪਰ ਉਸੇ ਤਰ੍ਹਾਂ ਉਹਦੇ ਸਰੀਰ ਦੇ ਉੱਪਰ ਕੱਪੜੇ ਬਣੇ ਰਹੇ ਕੋਈ ਮੁਕਾ ਨਹੀਂ ਸਕਿਆ ਹੈ ਸੋ ਮਹਾਰਾਜ ਕਹਿਣ ਲੱਗੇ ਦੋ ਸ਼ਾਸ਼ਨ ਕੀ ਸਬਾ ਦ੍ਰੋਪਤੀ ਅੰਬਰ ਲੈ ਤੋ ਬਾਰੀ ਹਲੇ ਦੋ ਸ਼ਾਸਨ ਨੇ ਕਪੜੇ ਉਤਾਰਨ ਦਾ ਯਤਨ ਤੇ ਕੀਤਾ ਪਰ ਭਗਵਾਨ ਜੀਆਂ ਨੇ ਸਮੇਂ ਸਿਰ ਪਹੁੰਚ ਕੇ ਉਸ ਵੇਲੇ ਰੱਖਿਆ ਕੀਤੀ ਹੈ ਭਗਤ ਸੂਰਦਾਸ ਨੇ ਬੜੇ ਸੋਹਣੇ ਬਚਨ ਲਿਖੇ ਆਪਣੀ ਬਾਣੀ ਦੇ ਵਿੱਚ ਕਹਿਣ ਲੱਗੇ ਨਾਰੀ ਮਦ ਸਾਰੀ ਹੈ ਕਿ ਸਾਰੀ ਮਦ ਨਾਰੀ ਹੈ ਇਹ ਨਹੀਂ ਪਤਾ ਲੱਗਦਾ ਵੀ ਇਹ ਜਨਾਨੀ ਸਾੜੀ ਦੀ ਬਣੀ ਹੈ ਕਿ ਸਾੜੀ ਜਨਾਨੀ ਨਾਲ ਬਣੀ ਹੈ ਪਤਾ ਹੀ ਕੋਈ ਨਹੀਂ ਲੱਗਦਾ ਇੰਨਾ ਕਪੜਾ ਲੱਥਾ ਹੈ ਵੀ ਕਪੜਿਆਂ ਦੇ ਢੇਰ ਲੱਗੇ ਪਰ ਸਾੜੀ ਮੁਕਣ ਤੇ ਨਹੀਂ ਆਈ ਹੈ ਨਾਰੀ ਹੂ ਕਿ ਸਾੜੀ ਹੈ ਕਿ ਸਾੜੀ ਹੂ ਕੀ ਨਾਰੀ ਹੈ ਨਾ ਪਤਾ ਲੱਗਦਾ ਵੀ ਜਨਾਨੀ ਸਾੜੀ ਨਾਲ ਬਣੀ ਹੈ ਕਿ ਸਾੜੀ ਜਨਾਨੀ ਨਾਲ ਬੱਧੀ ਹੈ ਪਤਾ ਨਹੀਂ ਲੱਗਦਾ ਇੰਨੇ ਕਪੜੇ ਉਤਾਰਨ ਤੋਂ ਬਾਵਜੂਦ ਵੀ ਦ੍ਰੋਪਤੀ ਦੀ ਇੱਜ਼ਤ ਭਗਵਾਨ ਜੀ ਆਨੇ ਰੱਖੀ ਹੈ ਬਚਨ ਕਰਦੇ ਪੈ ਕਹਿਣ ਲਗੇ ਸਿਮਰਨ ਦ੍ਰੋਪਤ ਸੁਤ ਉਦਰੀ ਦ੍ਰੋਪਤ ਨਾਮ ਦਾ ਜਿਹੜਾ ਰਾਜਾ ਹੈ ਉਸ ਦੀ ਜਿਹੜੀ ਸੁੱਤ ਕਈਏ ਧੀ ਹੈ ਦ੍ਰੋਪਤੀ ਰੱਬ ਦਾ ਸਿਮਰਨ ਕਰਕੇ ਭਗਵਾਨ ਜੀਆਂ ਨੂੰ ਯਾਦ ਕਰਕੇ ਉਸ ਦਾ ਭਲਾ ਹੋਇਆ ਐਸੀ ਦਾਤ ਜਿਹੜੀ ਹੈ ਉਹ ਬਖਸ਼ਿਸ਼ ਹੋਈ ਹੈ ਇਸ ਤਰ੍ਹਾਂ ਸੋ ਕਹਿਣ ਲੱਗੇ ਵੀ ਉਸ ਦਾ ਭਲਾ ਹੋਇਆ ਹੈ ਇਹ ਮਹਾਰਾਜ ਜੀਆ ਨੇ ਉਦਾਹਰਨਾ ਲਿਖੀਆਂ ਨੇ ਦੋ ਸ਼ਾਸ਼ਨ ਕੀ ਸਭਾ ਦ੍ਰੋਪਤੀ ਅੰਬਰ ਲੈਤ ਉਭਾਰੀਏ ਦੇ ਅੰਦਰ ਸਭਾ ਦੁਸ਼ਾਸ਼ ਨੇ ਮੱਥੇ ਵਾਲ ਦ੍ਰੋਪਤਾ ਆਂਦੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਸਿਰਦਿਆਂ ਵਾਲਾਂ ਤੋਂ ਕਸੀਟਕੇ ਲਿਆਂਦਾ ਗਿਆ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪਚਾਲੀ ਬਾਂਦੀ ਦਰਯੋਧਨ ਨੇ ਹੁਕਮ ਕੀਤਾ ਇਹ ਪੰਜਾਂ ਪਾਂਡਵਾਂ ਦੀ ਘਰਵਾਲੀ ਦੇ ਕੱਪੜੇ ਉਤਾਰ ਕੇ ਇਸ ਨੂੰ ਨਿਰਵਸਤਰ ਕਰਦੇ ਹੋ ਪੰਚੇ ਪਾਂਡੋ ਵੇਖਦੇ ਪੰਜੇ ਪਾਂਡਵ ਉਸਦੇ ਪਤੀ ਵੇਖਦੇ ਪੈ ਸਨ ਔਕਟ ਰੁੱਧੀ ਨਾਰ ਜਿਨ੍ਹਾਂ ਦੀ ਜਿਨ੍ਹਾਂ ਦੀ ਘਰਵਾਲੀ ਰੁੰਦੀ ਪਈ ਹੈ ਪਰ ਕਰ ਕੁਝ ਨਹੀਂ ਸਕੇ ਹਨ ਅੱਖੀ ਮੀਟ ਧਾਨ ਧਰ ਉਸ ਵੇਲੇ ਦ੍ਰੋਪਦੀ ਨੇ ਵੇਖਿਆ ਵੀ ਹੁਣ ਮੇਰੀ ਇਲਾਜ ਇਹਨਾਂ ਕੋਲੋਂ ਰੱਖੀ ਨਹੀਂ ਜਾਣੀ ਐ। ਨੇਤਰ ਬੰਦ ਕਰਕੇ ਉਸ ਵੇਲੇ ਰੱਬ ਦਾ ਧਿਆਨ ਧਾਰਿਆ। "ਕ੍ਰਿਸ਼ਨ ਕਰੈ, ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ ਐ। ਭਗਵਾਨ ਕ੍ਰਿਸ਼ਨ ਜੀ ਰੱਖਿਆ ਕਰੋ, ਰੱਖਿਆ ਕਰੋ। ਕੱਪੜਾ ਕੋਟ ਉਸਾਰੇ ਉਹਨ। ਭਾਈ ਗੁਰਦਾਸ ਜੀ ਕਹਿੰਦੇ ਕੱਪੜੇ ਦਾ ਤੇ ਉਥੇ ਕਿਲਾ ਹੀ ਬਣਾ ਦਿੱਤਾ ਭਗਵਾਨ ਜੀ ਨੇ। ਕੱਪੜੇ ਦੇ ਢੇਰ ਹੀ ਲੱਗ ਗਏ ਉਸ ਆ ਕੇ। ਥੱਕੇ ਦੂਤ ਨਾ ਪਾਰਵ ਸੰਦੀ ਕੱਪੜਾ ਉਤਾਰਨ ਵਾਲੇ ਥੱਕ ਗਏ।" ਅੱਕ ਗਿਆ ਥੱਕ ਹਾਰ ਕੇ ਬੈਠ ਗਿਆ ਡਿੱਗ ਪਏ ਪਰ ਕਪੜੇ ਨਹੀਂ ਮੁਕੇ ਇਸ ਤਰ੍ਹਾਂ ਦ੍ਰੋਪਤੀ ਦੀ ਲਾਜ ਉਹਨਾਂ ਨੇ ਰੱਖੀ ਹੈ ਗੌਤਮ ਸਤੀ ਸਿਲਾ ਨਿਸ਼ਤਰੀ ਗੌਤਮ ਜਿਹੜਾ ਇੱਕ ਸਤਵਾਦੀ ਮਹਾਤਮਾ ਹੋਇਆ ਤ੍ਰੇਤੇਜੁਗ ਦੇ ਅੰਦਰ ਸੋ ਕਹਿਣ ਲੱਗੇ ਵੀ ਇਸ ਦੀ ਘਰਵਾਲੀ ਜਿਹੜੀ ਹੈ ਉਸ ਦਾ ਨਾਮ ਆਹ ਲਿਆ ਹੈ ਬੜਾ ਲੰਮਾ ਪ੍ਰਸੰਗ ਹੈ ਗੁਰਮੁਖੋ ਇਤਿਹਾਸ ਦੇ ਅੰਦਰ ਕਹਿਣ ਲੱਗੇ ਇੱਕ ਵਾਰੀ ਗੌਤਮ ਜੀ ਗੋਦਾਵਰੀ ਦਾ ਇਸ਼ਨਾਨ ਕਰਨ ਵਾਸਤੇ ਅੰਮ੍ਰਿਤ ਵੇਲੇ ਗਏ ਇਧਰੋਂ ਜਿਹੜਾ ਇੰਦਰ ਰਾਜਾ ਹੈ ਉਹ ਇਸ ਗੌਤਮ ਰਿਖੀ ਦੇ ਘਰ ਵਿੱਚ ਕੋ ਕਰਮ ਕਰਨ ਵਾਸਤੇ ਮਾੜੀ ਵਾਸ਼ਨਾ ਲੈ ਕੇ ਆ ਗਿਆ ਜਦੋਂ ਗੌਤਮ ਜੀ ਇਸ਼ਨਾਨ ਕਰਦੇ ਪਏ ਗੋਦਾਵਰੀ ਦਾ ਆਵਾਜ਼ ਆਈ ਰਿਖੀ ਜੀ ਤੁਹਾਡੇ ਘਰ ਵਿੱਚ ਚੋਰ ਲੱਗੇ ਹੋਏ ਨੇ ਆਪਣੇ ਘਰ ਨੂੰ ਜਾ ਕੇ ਸਾਮ ਲਵੋ ਜਦੋਂ ਰਿਖੀ ਜੀ ਦੌੜ ਕੇ ਆਏ ਆਪਣੇ ਘਰ ਵਿੱਚ ਇਸ ਦੀ ਲੜਕੀ ਬਾਹਰ ਪਹਿਰੇ ਤੇ ਖਲੋਤੀ ਹੋਈ ਐ ਗੌਤਮ ਜੀ ਨੇ ਪੁੱਛਿਆ ਵੀ ਕੌਣ ਹੈ ਤੇ ਉਸ ਵੇਲੇ ਇੰਦਰ ਜਿਹੜਾ ਸੀ ਉਹ ਬਿੱਲਾ ਬਣ ਕੇ ਦੌੜਿਆ ਲੜਕੀ ਨੇ ਪਰਦਾ ਰੱਖਣ ਵਾਸਤੇ ਕਹਿ ਦਿੱਤਾ ਮੰਜਾਰ ਹੈ ਮੰਜਾਰ ਨਾਮ ਬਿੱਲੇ ਦਾ ਹੈ ਬਿੱਲਾ ਸਿਓ ਦੌੜ ਗਿਆ ਹੈ ਤੇ ਮੰਜਾਰ ਦਾ ਦੂਜਾ ਅਰਥ ਕੀਤਾ ਮਾਂ ਦਾ ਯਾਰ ਹੁਣ ਦੋਨੇ ਗੱਲਾਂ ਕਹਿ ਕੇ ਸ਼ਬਦ ਦੀ ਕੋਈ ਵਰਤਿਆ ਪੜਦਾ ਵੀ ਰੱਖਿਆ ਔਰ ਦੱਸ ਵੀ ਦਿੱਤਾ ਗੌਤਮ ਜੀ ਨੂੰ ਪਤਾ ਲੱਗ ਗਿਆ ਵੀ ਇਹ ਲੜਕੀ ਮੇਰੀ ਵੀ ਰਲੀ ਹੋਈ ਹੈ ਨਾਲ ਇਹ ਪਰਦਾ ਪਾਉਂਦੀ ਪਈ ਹੈ ਉਸਨੇ ਫਿਰ ਸ਼ਰਾਫ ਦੇ ਦਿੱਤਾ ਕਿ ਤੂੰ ਇਹ ਜਿਹੜਾ ਪਾਪ ਕਰਮੇ ਦੇ ਵਿੱਚ ਹਿੱਸਾ ਲਿਆ ਹੈ ਤੂੰ ਬਿਨਾ ਵਿਆਹ ਤੋਂ ਹੀ ਬੱਚੇ ਨੂੰ ਜਨਮ ਦੇਵੇਂਗੀ ਇਸ ਤਰ੍ਹਾਂ ਗੌਤਮ ਜੀਆ ਨੇ ਆਪਣੀ ਲੜਕੀ ਨੂੰ ਇਹ ਸ਼ਰਾਫ ਦਿੱਤਾ ਬਿਨਾ ਵਿਆਹ ਤੋਂ ਬਿਨਾ ਪਤੀ ਤੋਂ ਪੁੱਤਰ ਨੂੰ ਜਨਮ ਦੇਵੇਂਗੀ ਘਰ ਵਾਲੀ ਨੂੰ ਸ਼ਰਾਫ ਇਹ ਦਿੱਤਾ ਵੀ ਤੂੰ ਜਾ ਕੇ ਪੱਥਰ ਬਣ ਤੂੰ ਪੱਥਰ ਬਣਨ ਦੇ ਯੋਗ ਹੈਂ ਜਦੋਂ ਇਹ ਸ਼ਰਾਫ ਦਿੱਤਾ ਉਸ ਵੇਲੇ ਘਰ ਵਾਲੀ ਅਹਲਿਆ ਨੇ ਭੱਜ ਕੇ ਗੌਤਮ ਜੀਆਂ ਦੇ ਚਰਨ ਫੜ ਲਏ ਕਹਿਣ ਲੱਗੀ ਜੀ ਮaaf ਕਰ ਦਿਓ ਤੁਹਾਡਾ ਸ਼ਰਾਫ ਤੇ ਪੂਰਾ ਹੋਣਾ ਹੈ ਪਰ ਕਿਰਪਾਏ ਕਰੋ ਮੇਰੀ ਮੁਕਤੀ ਜ਼ਰੂਰ ਕਰੋ ਜਦੋਂ ਚਰਨ ਫੜ ਕੇ ਬੇਨਤੀ ਕੀਤੀ ਐ ਤੇ ਉਸ ਵੇਲੇ ਫਿਰ ਗੌਤਮ ਜੀ ਕਹਿਣ ਲੱਗੇ ਕਿ ਤ੍ਰੇਤੇਜੁਗ ਦੇ ਵਿੱਚ ਭਗਵਾਨ ਰਾਮਚੰਦਰ ਜੀ ਆਉਣਗੇ ਸੋ ਉਹਨਾਂ ਦੇ ਪਵਿੱਤਰ ਚਰਨਾਂ ਤੇਰੇ ਨਾਲ ਆ ਕੇ ਛੂਣਗੇ ਜਾਂ ਤੇਰੇ ਉਪਰ ਆ ਕੇ ਬੈਠਣਗੇ ਜਦੋਂ ਉਹ ਤੇਰੇ ਨਾਲ ਛੂਣਗੇ ਉਦੋਂ ਪੱਥਰ ਦੀ ਜੂਨੀ ਤੋਂ ਤੇਰੀ ਮੁਕਤੀ ਹੋਵੇਗੀ ਸੋ ਇਸੇ ਤਰ੍ਹਾਂ ਹੀ ਹੋਇਆ ਜਦੋਂ ਭਗਵਾਨ ਰਾਮ ਜੀ 14 ਸਾਲਾਂ ਦੇ ਬਨਵਾਸ ਤੋਂ ਜੰਗਲ ਦੇ ਵਿੱਚ ਗਏ ਜੰਗਲ ਵਿੱਚ ਵਿਚਰਦਿਆਂ ਵਿਚਰਦਿਆਂ ਭਗਵਾਨ ਜੀ ਜਾ ਕੇ ਇਸਲਾ ਦੇ ਉੱਪਰ ਬੈਠੇ ਇਹ ਜੋ ਹਲਿਆ ਪੱਥਰ ਬਣੀ ਹੋਈ ਹੈ ਪੱਥਰ ਦੀ ਜੂਨੀ ਤੋਂ ਮੁਕਤ ਹੋ ਕੇ ਫਿਰ ਇਸਨੇ ਭਗਵਾਨ ਜੀਆਂ ਦੇ ਚਰਨਾਂ ਦੇ ਮੱਥਾ ਟੇਕਿਆ ਮੱਥਾ ਟੇਕ ਕੇ ਤੇ ਫਿਰ ਬੇਕੁੰਠ ਧਾਮ ਨੂੰ ਚਲੇ ਗਈ ਭਗਤ ਨਾਮਦੇਵ ਜੀ ਉਹ ਬਚਨ ਇੱਥੇ ਲਿਖਦੇ ਪੈ ਕਹਿਣ ਲੱਗੇ ਗੌਤਮ ਸਤੀ ਸਿਲਾ ਨਿਸਤਰੀ ਸਤਵਾਦੀ ਜਿਹੜਾ ਗੌਤਮ ਰਖੀ ਹੈ ਉਸ ਦੀ istri ਜਿਹੜੀ ਅਹਲਿਆ ਹੈ ਪੱਥਰ ਰੂਪ ਹੋਈ ਪਈ ਸੀ ਭਗਵਾਨ ਰਾਮ ਜੀਆ ਦੇ ਪੈਰ ਲੱਗਣ ਦੇ ਨਾਲ ਚਰਨ ਲੱਗਣ ਦੇ ਨਾਲ ਸੋ ਉਹ ਨਿਸਤਰੀ ਕਈਏ ਮੁਕਤ ਹੋ ਗਈ ਸੋ ਗੌਤਮ ਨਾਰ ਅਹਲਿਆ ਤਾਰੀ ਪਾਵਨ ਕੀਤਕ ਤਾਰੀ ਹਲੇ ਇਹ ਭਗਤ ਨਾਮਦੇਵ ਦੇ ਬਚਨ ਨੇ ਪਤਾ ਨਹੀਂ ਮਹਾਰਾਜ ਕਿੰਨੇ ਕੁ ਪਾਪੀਆਂ ਨੂੰ ਤੁਸੀਂ ਤਾਰਿਆ ਹੈ ਐਸੀ ਆਪ ਜੀ ਬਖਸ਼ਿਸ਼ ਕਰਦੇ ਹੋ ਸਤੀ ਸਤੋ ਟਾਲਸਲਾ ਹੋਏ ਨਦੀ ਇਕਠਾਰਾ ਬਾਜਪੁਰਾਣਾ ਰਗਪਤ ਚਰਨੋ ਸ਼ੁੰਦਿਆਂ ਚੱਲੀ ਸੁਰਗਪੁਰ ਬਣੇ ਬੇਬਾਨਾ ਭਗਵਾਨ ਰਾਮ ਜੀਆ ਦੇ ਚਰ ਲੱਗਣ ਦੇ ਨਾਲ ਉਸ ਦਾ ਭਲਾ ਹੋਇਆ ਹੈ ਕੇਸੀ ਕੰਸ ਮਥਨ ਜਨ ਕੀਆ ਗੁਰਮਖੋ ਕੇਸੀ ਨਾਮ ਦਾ ਇੱਕ ਦਾਇਨਤ ਹੋਇਆ ਹੈ ਜੋ ਰਾਜਾ ਸੀ ਨਾ ਕੰਸ ਇਸਨੇ ਆਪਣੇ ਇੱਕ ਦੈਂਤ ਨੂੰ ਭੇਜਿਆ ਵੀ ਜਾਓ ਜਾ ਕੇ ਭਗਵਾਨ ਕ੍ਰਿਸ਼ਨ ਜੀਆ ਨੂੰ ਮਾਰੋ। ਇੱਕ ਏਸੀ ਜਿਹੜਾ ਸੀ ਘੋੜਾ ਬਣ ਕੇ ਆ ਗਿਆ ਭਗਵਾਨ ਕ੍ਰਿਸ਼ਨ ਜੀਆ ਦੇ ਕੋਲ ਤੇ ਕਈ ਘੋੜੇ ਮੂੰਹ ਜੋਰ ਹੁੰਦੇ ਨੇ ਨਾ ਰੁਗ ਪਰ ਲੈਂਦੇ ਦੰਦਾਂ ਦੇ ਨਾਲ ਤੇ ਮਾਸ ਦੀ ਬੋਟੀ ਕੱਢ ਕੇ ਲੈ ਜਾਂਦੇ। ਇਸ ਤਰ੍ਹਾਂ ਜਿਹੜਾ ਏਸੀ ਦੈਂਤ ਘੋੜਾ ਬਣਿਆ ਇਹ ਭਗਵਾਨ ਜੀਆ ਦੀ ਬੁਰਕੀ ਭਰਨ ਵਾਸਤੇ ਆਇਆ ਪਰ ਭਗਵਾਨ ਕ੍ਰਿਸ਼ਨ ਜੀਆ ਨੇ ਇਹਦੇ ਮੂੰਹ ਦੇ ਵਿੱਚ ਬੱਜਰ ਪਾ ਕੇ ਇਹਦੇ ਸਾਰੇ ਦੰਦ ਤੋੜ ਦਿੱਤੇ। ਦੰਦ ਤੋੜ ਕੇ ਤੇ ਫਿਰ ਇਸ ਦਾ ਅੰਤ ਕਰ ਦਿੱਤਾ ਕੇਸੀ ਨਾਮ ਦਾ ਇੱਕ ਦੈਂਤ ਹੈ ਉਸ ਦੈਂਤ ਨੂੰ ਭਗਵਾਨ ਕ੍ਰਿਸ਼ਨ ਜੀ ਆਨੇ ਦੁਆਪਰ ਵਿੱਚ ਮਾਰ ਕੇ ਦੰਦ ਤੋੜ ਕੇ ਉਸ ਦਾ ਅੰਤ ਕੀਤਾ ਹੈ ਨਾਮਦੇਵ ਜੀ ਕਹਿੰਦੇ ਮਹਾਰਾਜ ਆਪ ਐਸੇ ਹੋ ਐਸਿਆਂ ਦੈਂਤ ਬਿਰਤੀ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਵੀ ਤੁਸੀਂ ਭਲਾ ਕਰਦੇ ਹੋ ਫਿਰ ਬਖਸ਼ਿਸ਼ ਕਰਦੇ ਹਾਨਾ ਕੇਸੀ ਕੰਸ ਮਥਨ ਜਨਕੀਆ ਅਤੇ ਕੰਸ ਨਾਮ ਦਾ ਜਿਹੜਾ ਰਾਜਾ ਹੈ ਉਸਨੇ ਭਗਵਾਨ ਕ੍ਰਿਸ਼ਨ ਜੀਆ ਦੇ ਨਾਲ ਆਪਣੇ ਦੋ ਪਹਿਲਵਾਨਾਂ ਨੂੰ ਆਖਿਆ ਕੁਸ਼ਤੀ ਕਰੋ ਚੰਡੂਰ ਵਰਗੇ ਜਿਹੜੇ ਪਹਿਲਵਾਨ ਸਨ ਉਹਨਾਂ ਨੇ ਭਗਵਾਨ ਕ੍ਰਿਸ਼ਨ ਜੀਆ ਨਾਲ ਕੁਸ਼ਤੀ ਕੀਤੀ ਹੈ ਕੁਸ਼ਤੀ ਵਿੱਚ ਹਾਰ ਗਏ ਫਿਰ ਕੰਸ ਆਪ ਆ ਗਿਆ ਮੈਂ ਜੰਗ ਕਰਦਾ ਬਿਰਤੀ ਇਹ ਹੈ ਵੀ ਭਗਵਾਨ ਕ੍ਰਿਸ਼ਨ ਨੂੰ ਮਾਰਨਾ ਵੀ ਇਹਨਾਂ ਦੀ ਉਮਰ ਛੋਟੀ ਹੈ ਜਦੋਂ ਕੰਸ ਆਪ ਅਖਾੜੇ ਵਿੱਚ ਉਤਰਿਆ ਕੁਸ਼ਤੀ ਕਰਨ ਵਾਸਤੇ ਉਸ ਵੇਲੇ ਭਗਵਾਨ ਕ੍ਰਿਸ਼ਨ ਜੀਆ ਨੇ ਐਸੀ ਕੁਸ਼ਤੀ ਕੀਤੀ ਹੈ ਕਿ <th> ਥੋਬੀ ਪਛਾੜਾ ਮਾਰ-ਮਾਰ ਕੇ ਜਿਵੇਂ ਥੋਬੀ ਕਪੜੇ ਧੁੰਦਾ ਨਾ ਪਲਟਾ ਪਲਟਾ ਕੇ ਸੁੱਟਦਾ ਹੈ ਇਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀਆ ਨੇ ਦੀ ਬਾਹ ਫੜ ਕੇ ਇਸ ਨੂੰ ਪਟਕਾ ਪਟਕਾ ਕੇ ਧਰਤੀ ਦੇ ਉੱਪਰ ਸੁੱਟਿਆ ਤੇ ਕੰਸ ਦੀ ਜਾਨ ਕੱਢ ਦਿੱਤੀ ਕੰਸ ਦਾ ਅੰਤ ਕੀਤਾ ਬਚਨ ਆ ਗਿਆ ਕਿ ਸੀ ਕੰਸ ਮਥਨ ਜਨ ਕੀਆ ਜਿਵੇਂ ਭਗਵਾਨ ਕ੍ਰਿਸ਼ਨ ਜੀ ਆਨੇ ਕੇਸੀ ਦੈਂਤ ਨੂੰ ਮਾਰਿਆ ਜਿਹੜਾ ਘੋੜਾ ਬਣ ਕੇ ਆਇਆ ਹੈ ਕੰਸ ਜੋ ਸਕਾ ਮਾਮਾ ਲੱਗਦਾ ਭਗਵਾਨ ਕ੍ਰਿਸ਼ਨ ਜੀ ਆ ਦਾ ਉਹਨੂੰ ਸੋ ਪਹਿਲਵਾਨਾਂ ਦੇ ਅਖਾੜੇ ਦੇ ਵਿੱਚ ਕੁਸ਼ਤੀ ਕਰਦਿਆਂ ਹੋਇਆਂ ਮਾਰ ਕੇ ਉਸ ਦਾ ਅੰਤ ਕੀਤਾ ਹੈ ਜੀਦਾਨ ਕਾਲੀ ਕਹੋਦੀਆ ਕਾਲੀ ਨਾਮ ਦਾ ਇੱਕ ਵੱਡਾ ਸੱਪ ਹੋਇਆ ਹੈ ਭਗਵਾਨ ਕ੍ਰਿਸ਼ਨ ਜੀ ਆ ਨੇ ਦੁਆਪਰ ਵਿੱਚ ਇਸ ਦਾ ਵੀ ਭਲਾ ਕੀਤਾ ਹੈ ਇੱਕ ਵਾਰੀ ਭਗਵਾਨ ਕ੍ਰਿਸ਼ਨ ਜੀ ਆ ਦੇ ਮਿੱਤਰ ਕੁਝ گاਵਾਂ ਲੈ ਕੇ ਜਮਨਾ ਦੇ ਕਿਨਾਰੇ ਜਦੋਂ ਪਾਣੀ ਪੀਣ ਵਾਸਤੇ ਗਏ ਤੇ ਸਾਰੇ ਨਾਲ ਦੇ ਸਾਥੀ ਬਿਮਾਰ ਹੋ ਗਏ ਜਿਹੜੇ ਪਸ਼ੂ ਸਨ ਗਾਵਾਂ ਬੈਲ ਉਹ ਵੀ ਬੱਚੇ ਵਗੈਰਾ ਸਾਰੇ ਬਿਮਾਰ ਹੋ ਗਏ ਪਤਾ ਲੱਗਾ ਵੀ ਜਮਨਾ ਦਾ ਪਾਣੀ ਜ਼ਹਿਰੀਲਾ ਹੋ ਗਿਆ ਹੈ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਜਾਣ ਗਏ ਵੀ ਇਸ ਨੂੰ ਤੇ ਜ਼ਹਿਰੀਲਾ ਕੀਤਾ ਗਿਆ ਹੈ ਛਾਲ ਮਾਰ ਕੇ ਆਪ ਜਮਨਾ ਦੇ ਵਿੱਚ ਉਸ ਵੇਲੇ ਗਏ ਜੋ ਇਹ ਕਾਲੀ ਨਾਗ ਥੱਲੇ ਬੈਠਾ ਹੋਇਆ ਸੀ ਇਸ ਦੀ ਫਣ ਦੇ ਉੱਪਰ ਚੜ ਕੇ ਭਗਵਾਨ ਕ੍ਰਿਸ਼ਨ ਜੀਆ ਨੇ ਨੱਥ ਪਾ ਕੇ ਉਸ ਵੇਲੇ ਬੜਾ ਭਾਰੀ ਨਿਰਧ ਕੀਤਾ ਬੜਾ ਜੰਗ ਕੀਤਾ ਇਸ ਕਾਲੀ ਨੇ ਭਗਵਾਨ ਜੀਆ ਦੇ ਨਾਲ ਪਰ ਜਦੋਂ ਵਿੱਬਲ ਹੋ ਗਿਆ ਨਾ ਡਿੱਗ ਪਿਆ ਉਸ ਵੇਲੇ ਭਗਵਾਨ ਜੀ ਇਹਦਾ ਅੰਤ ਕਰਨ ਲੱਗੇ ਜਾਨ ਕੱਢਣ ਲੱਗੇ ਜਦੋਂ ਇਸ ਕਾਲੀ नाग ਦੀ ਜਾਨ ਕੱਢਣ ਲੱਗੇ ਭਗਵਾਨ ਜੀ ਇਸ नाग ਦੀਆਂ ਜਿਹੜੀਆਂ ਘਰ ਵਾਲੀਆਂ ਨਾਗਣੀਆਂ ਸਨ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿਣ ਲੱਗੇ ਭਗਵਾਨ ਜੀ ਮਾਫ ਕਰ ਦਿਓ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ ਸਾਨੂੰ ਪਰਮੇਸ਼ਰ ਨੇ ਦਿੱਤੀ ਜ਼ਹਿਰ ਹੈ ਜੇ ਸਾਡੇ ਵਿੱਚ ਜ਼ਹਿਰ ਹੈ ਤੇ ਸਾਡੇ ਵਿੱਚੋਂ ਜ਼ਹਿਰੀ ਬਾਹਰ ਆਵੇਗੀ ਨਾ ਜੇ ਸਾਨੂੰ ਅੰਮ੍ਰਿਤ ਦਿੱਤਾ ਹੁੰਦਾ ਤੇ ਅਸੀਂ ਅੰਮ੍ਰਿਤ ਬਾਹਰ ਕੱਢਦੇ ਇਹ ਗੱਲ ਠੀਕ ਹੈ ਵੀ ਜਮਨਾ ਦਾ ਪਾਣੀ ਜੋ ਰੀਲਾ ਹੋ ਗਿਆ ਪਰ ਸਾਡਾ ਕੋਈ ਕਸੂਰ ਨਹੀਂ ਸਾਨੂੰ ਸੱਪਾਂ ਨੂੰ ਮਿਲੀ ਜ਼ਹਿਰ ਹੈ ਇਹ ਤੇ ਰੱਬ ਵੱਲੋਂ ਸਾਨੂੰ ਦਾਤ ਮਿਲੀ ਹੈ ਅਸੀਂ ਕੀ ਕਰੀਏ ਸਾਨੂੰ ਮਾਫ ਕਰੋ ਭਗਵਾਨ ਕ੍ਰਿਸ਼ਨ ਜੀਆ ਨੇ ਉਸ ਦੀ ਘਰ ਵਾਲੀ ਜਿਹੜੀਆਂ ਨਾਗਣੀਆਂ ਸਨ ਸਪਣੀਆਂ ਉਹਨਾਂ ਦੀ ਬੇਨਤੀ ਸੁਣ ਕੇ ਆਖਿਆ ਚਲ ਠੀਕ ਤੈਨੂੰ ਮਾਰਦੇ ਨਹੀਂ ਪਰ ਤੂੰ ਇਥੋਂ ਛੱਡ ਕੇ ਹੁਣ ਦੱਖਣ ਨੂੰ ਚਲੇ ਜਾਣਾ ਕਰ ਉਸ ਵੇਲੇ ਬਚਨ ਹੋਇਆ ਕਾਲੀ ਨਾ ਕਹਿਣ ਲੱਗਾ ਮਹਾਰਾਜ ਮੈਂ ਦੱਖਣ ਵਿੱਚ ਨਹੀਂ ਜਾ ਸਕਦਾ ਹਾ ਪੁੱਛਿਆ ਕਿਉਂ ਕਹਿੰਦੇ ਜੀ ਉੱਥੇ ਗਰੜ ਦਾ ਵਾਸਾ ਹੈ ਤੇ ਗਰੜ ਸਾਡਾ ਵੈਰੀ ਹੈ ਜੇ ਅਸੀਂ ਦੱਖਣ ਵਿੱਚ ਜਾਵਾਂਗੇ ਗਰੜ ਸਾਨੂੰ ਮਾਰ ਦੇਵੇਗਾ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਨਹੀਂ ਅਸੀਂ ਤੇਰੀ ਫੰਨ ਦੇ ਉੱਪਰ ਚੜ ਕੇ ਨਿਰਤਕਾਰੀ ਕੀਤੀ ਹੈ ਸਾਡੇ ਚਰਨਾਂ ਦੇ ਨਿਸ਼ਾਨ ਤੇਰੀ ਫਨ ਦੇ ਉੱਪਰ ਲੱਗੇ ਹੋਏ ਜਾਂ ਤੂੰ ਚਲੇ ਜਾ ਦੱਖਣ ਵਾਲੇ ਪਾਸੇ ਸਾਡੇ ਚਰਨਾਂ ਦੇ ਨਿਸ਼ਾਨ ਵੇਖ ਕੇ ਤੈਨੂੰ ਗਰੜ ਕੁਝ ਨਹੀਂ ਕਹਵੇਗਾ ਤੈਨੂੰ ਕੁਝ ਨਹੀਂ ਆਖੇਗਾ ਉਸ ਵੇਲੇ ਬਚਨ ਮੰਨ ਕੇ ਫਿਰ ਇਹ ਕਾਲੀ ਨਾਗ ਜਿਹੜਾ ਹੈ ਇਹ ਜਮਨਾ ਨੂੰ ਛੱਡ ਕੇ ਦੇ ਦੱਖਣ ਨੂੰ ਚਲੇ ਗਿਆ ਭਗਤ ਨਾਮਦੇਵ ਜੀ ਕਹਿਣ ਲੱਗੇ ਕੇਸੀ ਕੰਸ ਮਥਨ ਜਨ ਕੀਆ ਜੀ ਦਾਨ ਕਾਲੀ ਕੋ ਦਿਆ ਕਾਲੀ ਨਾਮ ਦਾ ਜਿਹੜਾ ਨਾਗ ਸੀ ਜਮਨਾ ਵਿੱਚ ਬੈਠਾ ਹੋਇਆ ਉਹਨੂੰ ਭਗਵਾਨ ਜੀਆ ਨੇ ਫਿਰ ਕਤਲ ਨਹੀਂ ਸੀ ਕੀਤਾ ਉਸ ਨੂੰ ਬਖਸ਼ ਦਿੱਤਾ ਸੀ ਉਸ ਦੀ ਘਰ ਵਾਲੀ ਦੀ ਬੇਨਤੀ ਕਰਨ ਕਰਕੇ ਜੀਵਨ ਦਾਣ ਦੇ ਕੇ ਮਹਾਰਾਜ ਇਸ ਤਰ੍ਹਾਂ ਦੇ ਆਪ ਕਿਰਪਾ ਕਰਨ ਵਾਲੇ ਹੋ ਨਾਮੇ ਨਾਮ ਐਸੋ ਹਰੀ ਨਾਮਦੇਵ ਜੀ ਕਹਿਣ ਲੱਗੇ ਭਾਈ ਉਹ ਹਰੀ ਪ੍ਰਮਾਤਮਾ ਇਸ ਤਰ੍ਹਾਂ ਦਾ ਜਿਹੜੇ ਗੁਣ ਆਪਾਂ ਉੱਤੇ ਸਰਵਣ ਕੀਤੇ ਨਾ ਗਣਕਾ ਦਾ ਜਿੰਨੇ ਉਧਾਰ ਕੀਤਾ ਅਜਾਮਲ ਦਾ ਉਧਾਰ ਕੀਤਾ ਹੈ ਇਸੇ ਤਰ੍ਹਾਂ ਪੂਤਨਾ ਦਾ ਉਧਾਰ ਕੀਤਾ ਹੈ ਇਸੇ ਤਰ੍ਹਾਂ ਦਰੁਪਤੀ ਦਾ ਉਧਾਰ ਕੀਤਾ ਹੈ ਇਸ ਤਰ੍ਹਾਂ ਕਹਿ ਲਈਏ ਹੱਲਿਆ ਦਾ ਉਧਾਰ ਕੀਤਾ ਹੈ ਕੇਸੀ ਦਾ ਭਲਾ ਕੀਤਾ ਕੰਸ ਦਾ ਭਲਾ ਕੀਤਾ ਕਾਲੀ नाग ਦਾ ਭਲਾ ਕੀਤਾ ਇਹ ਜਿੰਨੇ ਨਾਮ ਉੱਤੇ ਲਿਖੇ ਨੇ ਇਹਨਾਂ ਸਾਰਿਆਂ ਦਾ ਭਲਾ ਕਰਨ ਵਾਲਾ ਇਸ ਤਰ੍ਹਾਂ ਦਾ ਹਰੀ ਹੈ ਚਾਸ ਜਪਤ ਭੈ ਆਪਣਾ ਟਰੀ ਜਿਸ ਨੂੰ ਜਪਦਿਆ ਹੋਇਆ ਭੈ ਦਾਇਕ ਬਿਪਤਾ ਟਲ ਜਾਂਦੀ ਹੈ ਜਿਹੜੀਆਂ ਬਿਪਤਾ ਸੀ ਕਹਿੰਦੇ ਨਾ ਪਈਆਂ ਇਹ ਸਾਰੀਆਂ ਬਿਪਤਾ ਜਿਹੜੀਆਂ ਰੱਬ ਦਾ ਨਾਮ ਜਪ ਕੇ ਟਲ ਜਾਂਦੀਆਂ ਖਤਮ ਹੋ ਜਾਂਦੀਆਂ ਇਹ ਸਤਿਗੁਰੂ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਵਿਚਾਰ ਕਰਦੇ ਆ ਭੁੱਲ ਚੁੱਕ ਦੀ ਮੁਆਫੀ ਦਿਉ ਸੱਜਣ ਅਸੀਂ ਸੜੀਆਂ ਉਸ ਸਾਹਿਬ ਸੇ ਮਿਲੋ ਪਰਮਨਾਮ ਐਸੋ ਹਰੀ ਜਾਸ ਜਪਤ ਪੈ ਅਪਦਾ ਟਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ